ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV4 ਦੇ ਸਾਰੇ ਦਰਸ਼ਕ ਅਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨੌਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਵਿਊਰਸ, ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ, ਖਾਸ ਤੌਰ 'ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰਕਾਸ਼ ਦਿਹਾੜਾ ਹੈ ਉਹਦੇ ਜਿਹੜੇ ਜਸ਼ਨ ਨੇ, ਉਹ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਹੋਵੇ, ਕਰਤਾਰਪੁਰ ਸਾਹਿਬ ਦਾ ਜਿਹੜਾ ਕੋਰੀਡੋਰ ਹੈ, ਲਾਂਘਾ ਹੈ, ਉਹ ਖੋਲ੍ਹਿਆ ਜਾ ਰਿਹਾ, ਅਤੇ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਪਾਕਿਸਤਾਨ ਦੀ ਸਰਕਾਰ ਵੱਲੋਂ ਪਾਕਿਸਤਾਨੀ ਪੰਜਾਬ ਦੇ ਵਿੱਚ ਲਾਹੌਰ ਦੇ ਵਿੱਚ ਸਥਿਤ ਜਿਹੜਾ ਪਾਕਿਸਤਾਨੀ ਪੰਜਾਬ ਦੇ ਗਵਰਨਰ ਨੇ, ਉਹਨਾਂ ਦੇ ਗਵਰਨਰ ਹਾਊਸ ਦੇ ਵਿੱਚ ਜਿਹੜੀ ਸਿੱਖ ਕਨਵੈਨਸ਼ਨ ਹੈ ਉਹ ਕਰਵਾਈ ਗਈ ਹੈ, ਜਿਹਦੇ ਵਿੱਚ ਵੱਡੇ ਲੈਵਲ 'ਤੇ ਜਿਹੜਾ ਸਿੱਖ ਡਾਇਸਪੋਰਾ ਹੈ ਦੁਨੀਆ ਭਰ ਦੇ ਵਿੱਚੋਂ, ਸਿੱਖ ਭਾਵੇਂ ਉਹ ਯੂਰਪ ਦੇ ਵਿੱਚ ਵਸਦੇ ਹੋਣ, ਨੌਰਥ ਅਮਰੀਕਾ ਜਾਂ ਆਸਟ੍ਰੇਲੀਆ ਦੇ ਵਿੱਚ, ਉਹਨਾਂ ਵੱਲੋਂ ਉਸ ਸਿੱਖ ਕਨਵੈਨਸ਼ਨ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਹੈ। ਸੋ ਇੱਥੋਂ ਜਿਹੜਾ ਮੈਸੇਜ ਆਇਆ ਉਹ ਸਿੰਪਲ ਹੈ, ਕਲੀਅਰ ਹੈ ਕਿ ਪਾਕਿਸਤਾਨ ਵੱਲੋਂ ਸਿੱਖਾਂ ਦਾ ਖੁੱਲ੍ਹੀਆਂ ਬਾਹਾਂ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਜਿਹੜੇ ਸਮਾਗਮ ਪਾਕਿਸਤਾਨ ਦੇ ਵਿੱਚ ਹੋਣ ਜਾ ਰਹੇ ਨੇ ਨਵੰਬਰ ਦੇ ਵਿੱਚ, ਉਹਦੇ ਲਈ ਸਿੱਖਾਂ ਨੂੰ ਵੱਡੇ ਲੈਵਲ 'ਤੇ ਉਹਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ, ਜਿੱਥੇ ਸੱਦਾ ਪੱਤਰ ਪਰਸਨਲ ਲੈਵਲ ਤੋਂ ਲੈ ਕੇ ਮੀਡੀਆ ਦੇ ਰਾਹੀਂ ਜਾਂ ਅਦਰਵਾਈਜ਼ ਸਾਨੂੰ ਦੇਖਣ ਨੂੰ ਮਿਲ ਰਿਹਾ, ਉੱਥੇ ਇੱਕ ਬੜੀਆਂ ਪੋਜ਼ਿਟਿਵ ਜਿਹੜੀਆਂ ਵਾਈਬਸ ਨੇ ਉਹ ਪਾਕਿਸਤਾਨ ਦੇ ਵਿੱਚੋਂ ਸਿੱਖਾਂ ਦੇ ਲਈ ਇਸ ਵਕਤ ਦੇਖੀਆਂ ਜਾ ਸਕਦੀਆਂ ਨੇ। ਸੋ ਜਿਹੜੀ ਇਹ ਸਿੱਖ ਕਨਵੈਨਸ਼ਨ ਹੋਈ ਹੈ, ਜਿੱਥੇ ਅਮਰੀਕਾ ਤੋਂ, ਕੈਨੇਡਾ ਤੋਂ ਜਾਂ ਹੋਰ ਮੁਲਕਾਂ ਤੋਂ ਨੁਮਾਇੰਦਿਆਂ ਨੇ, ਸਿੱਖ ਨੁਮਾਇੰਦਿਆਂ ਨੇ ਇਹਦੇ ਵਿੱਚ ਸ਼ਮੂਲੀਅਤ ਕੀਤੀ ਹੈ, ਉੱਥੇ ਹੀ ਜਿਹੜਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਮਰਾਨ ਖਾਨ ਅਤੇ ਜਿਹੜੇ ਗਵਰਨਰ ਨੇ ਪਾਕਿਸਤਾਨੀ ਪੰਜਾਬ ਦੇ ਮੁਹੰਮਦ ਸਰਵਰ, ਉਹਨਾਂ ਵੱਲੋਂ ਜਿਹੜੀ ਇੱਕ ਜਿਹੜੀ ਸਪੀਚ ਵੀ ਦਿੱਤੀ ਗਈ ਹੈ ਜਾਂ ਜਿਹੜੀ ਤਕਰੀਰ ਕੀਤੀ ਗਈ ਹੈ, ਉਹਦੇ ਵਿੱਚ ਸਿੱਖਾਂ ਦਾ ਜਿਹੜਾ ਸਵਾਗਤ ਹੈ ਉਹ ਕੀਤਾ ਗਿਆ, ਅਤੇ ਨਾਲ ਹੀ ਇੱਕ ਪੋਜ਼ਿਟਿਵ ਮੈਸੇਜ ਜਿਹੜਾ ਹੈ ਉਹ ਸਿੱਖਾਂ ਦੇ ਲਈ ਦਿੱਤਾ ਗਿਆ। ਸੋ ਅਸੀਂ ਅੱਜ ਜਿਹੜੀ ਉੱਥੋਂ ਦੀ ਫੁਟੇਜ ਉਸ ਸਿੱਖ ਕਨਵੈਨਸ਼ਨ ਦੀ ਜਿਹੜੀ ਸਾਡੇ ਤੱਕ ਪਹੁੰਚੀ ਹੈ ਉਹ ਅਸੀਂ ਅੱਜ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਸੋ ਉਮੀਦ ਹੈ ਇਹ ਸਾਰਾ ਜਿਹੜਾ ਪ੍ਰੋਗਰਾਮ ਹੋਇਆ, ਜਿੱਥੇ ਸਫਲ ਇੱਕ ਪ੍ਰੋਗਰਾਮ ਹੋਇਆ ਉੱਥੇ ਇਹਦੀ ਜਿਹੜੀ ਕਵਰੇਜ ਹੈ TV84 ਵੱਲੋਂ ਕੀਤੀ ਗਈ ਉਹ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਸੋ ਮੈਂ ਆਪਣੀ ਟੈਕਨੀਕਲ ਟੀਮ ਨੂੰ ਬੇਨਤੀ ਕਰਾਂਗਾ ਕਿ ਹੁਣ ਜਿਹੜੀ ਉਹ ਫੁਟੇਜ ਹੈ ਉਹ ਅਸੀਂ ਤੁਹਾਡੇ ਰੂਬਰੂ ਕਰਦੇ ਹਾਂ। ਹਰਪ੍ਰੀਤ ਸਿੰਘ ਸੰਧੂ, ਵੀ ਆਰ ਗੈਦਰ ਹੇਅਰ ਐਟ ਦੀ ਇੰਟਰਨੈਸ਼ਨਲ ਸਿੱਖ ਕਨਵੈਨਸ਼ਨ ਔਰਗਨਾਈਜ਼ਡ ਬਾਈ ਨਾਟ ਓਨਲੀ ਦੀ ਪਾਕਿਸਤਾਨ ਗਵਰਨਮੈਂਟ ਬਟ ਆਲਸੋ ਸਪੈਸ਼ਲੀ ਬਾਈ ਗਵਰਨਰ ਸਰਵਰ ਆਫ ਪੰਜਾਬ। This convention is bringing together individuals from all over the world who can come and watch what is happening before the 550th celebration of Guru Nanak Sahib. This convention has many, as we just got through this forum, but questions of the rest of the community, of the Sikh community, as to what is going on in terms of those things. We are very thankful for this government to organize this. Although we have many questions, we are also answered by both the governor and members of his cabinet, and the cabinet of Imran Sahib. This convention has brought a goodwill for people from living across the world where Sikhs are anticipating coming in November to celebrate this auspicious 550th anniversary. We are thankful in the sense that this has, especially for the corridor that will allow people from India to come to this place of worship. And we are very much thankful for this, both sides of the corridor, that the Sikhs can participate on this auspicious occasion. And we'd like to continue the dialogue that was opened up here today of the participation of Sikhs from all over the world. With that, I thank everyone, and we're looking forward to the 550th
anniversary. All right, my name is Ramona Khan. I am from Toronto, Canada, and we represent Journey to Kartarpur and jobs in GTA.com. And so I wanted to say was that we are so happy to be part of this convention and everything that the Pakistani government is doing. It goes to show a lot of what the government does for its minorities and everything they're doing for the Kartarpur corridor. We're really grateful to be a part of this organization and everything that they're doing. And we're really happy to bring along 15 other delegates who came all the way from Canada to be part of this convention today. So we wanted to say thank you and that we say good luck to the government for everything they're doing. Harbir Kaur Bhatia. मैं सिलिकन वैली कैलिफोर्निया से आई हूँ. मैं इसलिए यहाँ पर आई थी, ये जो सब्जेक्ट है बहुत बहुत इम्पोर्टेंट है पूरी दुनिया के लिए. अब ये खाली सिखों के लिए बात नहीं है. ये जो हम कॉन्फ्रेंस कर रहे हैं, हम रिमाइंड कर रहे हैं लोगों की हमारी ह्यूमैनिटी सबसे बड़ी चीज़ है. आजकल इस रीजन में इतना टर्मोइल हो रहा है, हमको इस कॉन्फ्रेंस से हमको अपॉर्चुनिटी मिली है कि वो मैसेज जो गुरु नानक ने दिया था ना, कि हम एक कौम है, इंसान है, पहले इंसान है, और वो हम इसके बारे बात कर सकते हैं यहाँ पर आके. नाउ मैं थोड़ा बोल दिया कि पंजाबी च, सबना जिया का एक दाता सो मैं विसर ना जाए. डू नॉट फॉरगेट वी आर फ्रॉम द सेम एंड वी ऑल हैव वन द सेम गॉड. एंड इफ वी कैन रिमेंबर दैट मैसेज, whether you're Pakistani, whether you're Indian, whether you're American, whether you're Kashmiri, Nepali, we will be able to build bridges of understanding. And to me, I'm very impressed with Governor Sarwar Saab, that he's truly taken the actions that he told us he would. He came to California. He met with me, met with the community. We took him to the Gurdwaras. San Jose Gurdwara is the largest Gurdwara in all of Western Hemisphere. People complained, please do not build construction on our lands. He said he would not, and he has said it now. We are happy. He has made a PRO, a Sikh PRO, and that tells me he's serious. Yesterday, you may not know this, he agreed to give 5% allocation to minorities for education. We see him taking the steps that he talks about, which tells us this conference is not just for show. He really means it. And that is why we're here. मैं फारूक अरशद हूँ, जॉइंट सेक्रेटरी पीटीआई पंजाब हूँ. अच्छा, ये 550वीं जो बाबा जी गुरु नानक की बर्थ एनिवर्सरी है, उस पर इमरान खान ने प्राइम मिनिस्टर बनने के बाद जो पहला काम किया, करतारपुर कॉरिडोर खोलने का ऐलान किया. तो इस हवाले से पूरी दुनिया के सिखों में, अमेरिकन, कैनेडन, यूके, ऑस्ट्रेलिया और इंडिया के सिखों में बहुत ज़्यादा जज्बातियत पाई जाती है, और हमारी गवर्नमेंट इसको फास्ट ट्रैक पे कंप्लीट करना चाह रही है इस कॉरिडोर को, ताकि जो उनका जन्मदिन है 550वां उसको अच्छे तरीके से मनाया जा सके. और पाकिस्तान चाहता है कि जो सिख कम्यूनिटी की लीडरशिप है पूरी दुनिया की, और सिख कम्यूनिटी उसके साथ प्यार के रिश्ते को, अमन के रिश्ते को, भाईचारे के रिश्ते को बढ़ाया जा सके. इसलिए गवर्नर पंजाब और मैं दोनों, हम लास्ट मंथ कैनेडा और अमेरिका में गए थे, तो हमने सिख कम्यूनिटी के वहाँ के लोगों को इन्वाइट किया था. इन रिटर्न वो सारे लोग यहाँ आए हैं अभी, और आज एक बहुत बड़ी कॉन्फ्रेंस हो रही है, जो बेसिक हमारा पर्पज़ ये है कि हम उनसे सजेशंस लें. हम एक यूनिवर्सिटी बनाने जा रहे हैं, बाबा जी गुरु नानक यूनिवर्सिटी, ननकाना साहब के बारे में, करतारपुर कॉरिडोर के बारे में, और उनको जो बाहर रहते हुए पाकिस्तान में आने के प्रॉब्लम्स हैं वो हमें बता सके. इस सिलसिले में ये कॉन्फ्रेंस थी, और आज इसका पहला दिन था. कल हम इनको लेके ननकाना साहब जा रहे हैं, और परसों पीएम साहब भी इस कॉन्फ्रेंस को ज्वाइन करेंगे. तो ये तीन रोज़ा कॉन्फ्रेंस है,
और इसके लिए गवर्नर हाउस ने पूरे फैसला लाहौर शहर में हर जगह पे वेलकम टू सिख कम्युनिटी के बैनर्स भी लगा रखे हैं और हम चाहते हैं कि 3 दिन पाकिस्तानी अवाम भी सिखों को पंजाब में वेलकम करें ताकि सिखों के पास पाकिस्तान के प्यार के जो सेंटीमेंट्स हैं जा सके और हम सिखों को के जरिए पाकिस्तान में रिलीजियस टूरिज्म को प्रमोट कर सकें। यू वेलकम। बिस्मिल्लाहिर्रहमानिर्रहीम। जनाब नूर अल हक कादरी साहब हमारे मिनिस्टर फॉर रिलीजियस अफेयर्स, स्पेशल असिस्टेंट टू प्राइम मिनिस्टर फॉर इंफॉर्मेशन डॉक्टर फरदौस आशिफ अवान साहिबा, मिनिस्टर हायर एजुकेशन यासर हुमायूं साहब, प्रोविंशियल मिनिस्टर औकाफ जनाब सैयद अल हसन शाह साहब और प्रोविंशियल मिनिस्टर मनार्टीज एजाज आलम साहब और हमारे एमपीए महिंदर पाल सिंह साहब और पूरी दुनिया से आए हुए और पाकिस्तान से आए हुए तमाम मेहमान ग्रामी, अस्सलाम वालेकुम, सत श्री अकाल, वाहेगुरु जी का खालसा, वाहेगुरु जी की फतह। आज मैं बड़ा खुश हैं कि 70 साल की पाकिस्तान की तारीख में यह पहला मौका हैगा कि गवर्नर हाउस इंटरनेशनल सिख कन्वेंशन हो रहा है। तो अब सारे तुसी भाई जड़े ने इत्थे तुसी आए हो और दूसरी थानू मैं दसना चाहना है कि 70 साल पहली दफा होया कि इस गवर्नर हाउस एक सिख बरादरी का बंदा पवन सिंह साडा जिहड़ा हैगा पब्लिक रिलेशन ऑफिसर हैगा। और ये भी पहली दफा हुआ है कि इस गवर्नर हाउस में किरण जो है जो कि हम सब ने बहुत एंजॉय किया, प्लीज शो योर अप्रिसिएशन फॉर दिस आवर थ्री के इतना हमने यहां पर सुना है। तो आज की कॉन्फ्रेंस का जो पहला पैगाम है दुनिया को, मैं ये देना चाहता हूं कि पाकिस्तान में जब बनने के बाद कायदे आजम मोहम्मद अली जना ने अपनी तकरीर की थी फाउंडर ने, तो उसने कहा था, उन्होंने फरमाया था कि अब पाकिस्तान बन गया है और पाकिस्तान में रहने वाले तमाम लोग, चाहे उनका ताल्लुक किसी मजहब से है, किसी सूबे से है, किसी भी बैकग्राउंड से है, दे आर ऑल पाकिस्तानी एंड दे आर ऑल इक्वल सिटीजन ऑफ पाकिस्तान। तो मैं आपको श्योर करता हूं कि इस नए पाकिस्तान में वजीर आजम इमरान खान की लीडरशिप में हम ये माइनॉरिटी कम्युनिटी से अहद करते हैं कि उनके बच्चे जो हैं, उनकी फैमिलीज जो हैं, वो हमें उतनी ही अजीज हैं, उतनी ही प्यारी हैं जितनी हमें अपनी बेटियां और अपने बच्चे। और मैं आपको यकीन दिलाता हूं कि कोई भी, क्योंकि मैं खुद मिनॉरिटी रहा हूं, मुझे एहसास है कि मिनॉरिटीज को क्या इश्यूज होते हैं, उनके क्या प्रॉब्लम्स होते हैं,
और उनको किस तरीके से एड्रेस किया जाता है। इंशाल्लाह आप लोगों को मैं यकीन दिलाता हूं कि माइनॉरिटीज के राइट्स जो हैं उनको प्रोटेक्ट करना हमारी गवर्नमेंट की टॉप प्रायोरिटी होगी, और जब तक इंशाल्लाह हमारी हुकूमत है, हम मैं इस गवर्नर हाउस में बैठा हूं, माइनॉरिटी शुड नो कि दे हैव देयर फ्रेंड सिटिंग एट गवर्नर हाउस एंड विल स्टूड बाय देम इन एनी डिफिकल्ट टाइम। ਅੱਜ ਦੀ ਜਿਹੜੀ ਕਾਨਫਰੰਸ ਹੈ, ਇੱਕ ਤਾਂ ਇਹਦੇ ਵਿੱਚ ਮੈਂ ਚਾਹੁੰਦਾ ਕਿ ਅਸੀਂ ਖੁੱਲ੍ਹ ਕੇ ਗੱਲਾਂ ਕਰੀਏ, ਔਰ ਜਦੋਂ ਕੁਐਸਚਨ ਆਨਸਰ ਸੈਸ਼ਨ ਹੋਵੇ ਤਾਂ ਅਸੀਂ ਚਾਹਵਾਂਗੇ ਕਿ ਸਾਡੇ ਸਿੱਖ ਜਿਹੜੇ ਡੈਲੀਗੇਟਸ ਆਏ ਨੇ ਉਹਨਾਂ ਦੇ ਜਿਹੜੇ ਵੀ ਇਸ਼ੂਜ਼ ਨੇ, ਚਾਹੇ ਉਹ ਇਮੀਗ੍ਰੇਸ਼ਨ ਦੇ ਹਵਾਲੇ ਨਾਲ ਹੈ, ਚਾਹੇ ਉਹਨਾਂ ਦੇ ਇੱਥੇ ਸਟੇਅ ਦੇ ਹਵਾਲੇ ਨਾਲ ਨੇ, ਜਾਂ ਇੱਥੇ ਅਪਗ੍ਰੇਡੇਸ਼ਨ ਕਰਨ ਦੇ ਹਵਾਲੇ ਨੇ, ਔਰ ਗੁਰਦੁਆਰਿਆਂ ਦੀ ਜਿਹੜੀ ਹੈਗੀ ਆ ਸਿਚੁਏਸ਼ਨ ਨੂੰ ਬਿਹਤਰ ਬਣਨ ਦੇ ਹਵਾਲੇ ਨੇ, ਉਹ ਸਾਡੇ ਨਾਲ ਖੁੱਲ੍ਹ ਕੇ ਗੱਲਾਂ ਕਰੋ, ਔਰ ਅਸੀਂ ਤੁਹਾਡੀਆਂ ਸਾਰੀਆਂ ਗੱਲਾਂ ਸੁਣਨ ਵਾਸਤੇ ਅੱਜ ਬੈਠੇ ਹਾਂ। ਔਰ ਮੈਨੂੰ ਖੁਸ਼ੀ ਹੈ ਕਿ ਅੱਜ ਦੋ ਸਾਡੇ ਫੈਡਰਲ ਮਿਨਿਸਟਰ ਸਟੇਜ 'ਤੇ ਬੈਠੇ ਨੇ ਔਰ ਦੋ ਸਾਡੇ ਪ੍ਰੋਵਿੰਸ਼ਲ ਮਿਨਿਸਟਰ ਬੈਠੇ ਨੇ, ਔਰ ਤੁਸੀਂ ਇਹ ਜਾਣ ਕੇ ਵੀ ਖੁਸ਼ ਹੋਵੋਗੇ ਕਿ ਸਾਡਾ ਜਿਹੜਾ ਮਿਨਿਸਟਰ ਮਿਨੋਰਟੀਜ਼ ਨੇ ਏਜਾਜ਼ ਆਲਮ ਸਾਹਿਬ, ਉਹ ਵੀ ਇੱਥੇ ਸਟੇਜ 'ਤੇ ਬੈਠੇ ਨੇ, ਔਰ ਮਹਿੰਦਰ ਸਿੰਘ ਜਿਹੜੇ ਕਿ ਸਾਡੇ ਐਮ ਪੀ ਏ ਨੇ ਉਹ ਵੀ ਇੱਥੇ ਸਟੇਜ 'ਤੇ ਬੈਠੇ ਨੇ, ਜਿਹੜੇ ਸਾਰੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨ। ਅੱਜ ਦਾ ਜਿਹੜਾ ਸੈਮੀਨਾਰ ਹੈਗਾ, ਅੱਜ ਦਾ ਜਿਹੜਾ ਕਨਵੈਨਸ਼ਨ ਹੈਗਾ, ਉਹਦਾ ਮਕਸਦ ਇਹ ਹੈ ਕਿ ਅਸੀਂ ਤੁਹਾਨੂੰ ਅਪਡੇਟ ਦੇਣੀ ਚਾਹੁੰਦੇ ਹਾਂ ਕਿ ਅਸੀਂ ਹੁਣ ਤੱਕ ਕਰਤਾਰਪੁਰ ਕਾਰੀਡੋਰ ਦੇ ਹਵਾਲੇ ਨਾਲ ਜਾਂ ਨਨਕਾਣੇ ਦੇ ਵਿੱਚ ਚੀਜ਼ਾਂ ਨੂੰ ਬਿਹਤਰ ਕਰਨ ਦੇ ਹਵਾਲੇ ਨਾਲ, ਔਰ 550ਵੀਂ ਜਿਹੜਾ ਜਨਮ ਦਿਨ ਹੈਗਾ ਬਾਬਾ ਗੁਰੂ ਨਾਨਕ ਜੀ ਦਾ, ਉਹਦੇ ਹਵਾਲੇ ਨਾਲ ਹੁਣ ਤੱਕ ਅਸੀਂ ਕੀ ਇੰਤਜ਼ਾਮਾਤ ਜਿਹੜੇ ਹੈਗੇ ਨੇ ਕੀਤੇ ਹੈਗੇ ਨੇ, ਔਰ ਉਸ ਤੋਂ ਬਾਅਦ ਤੁਹਾਡੀਆਂ ਸੁਜੈਸ਼ਨ ਲਵਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਸਮਝਦੇ ਹੋ ਕਿ ਅਸੀਂ ਹੁਣ ਉਹਨਾਂ 'ਚ ਹੋਰ ਬਿਹਤਰੀ ਜਿਹੜੀ ਹੈਗੀ ਆ ਉਹ ਕਿਹੜੀ ਲਾ ਸਕਦੇ। ਅਤੇ ਮੈਂ ਪੰਜਾਬੀ ਦੇ ਵਿੱਚ ਤਕਰੀਰਾਂ ਤਾਂ ਬੜੀਆਂ ਕਰਦਾ, ਪਹਿਲਾਂ ਵੀ ਕਰਦਾ ਰਿਹਾ, ਯੂਕੇ 'ਚ ਵੀ ਕਰ ਲਈ ਸੀ, ਅਤੇ ਲੇਕਿਨ ਪੜ੍ਹ ਕੇ ਪੰਜਾਬੀ ਤਕਰੀਰ ਅੱਜ ਪਹਿਲੀ ਵਾਰੀ ਕਰਦੀ, ਅਤੇ ਜੇ ਮੇਰੇ ਕੋਈ ਗਲਤੀ ਗੁਲਤੀ ਹੋ ਜਾਏ ਤਾਂ ਉਹਦੇ ਉੱਤੇ ਮੈਨੂੰ ਮਾਫ਼ੀ ਦੇ ਦੇਣਾ। ਅਤੇ ਮੈਂ ਤੁਹਾਨੂੰ ਇੱਕ ਗੱਲ ਵੀ ਦੱਸਣੀ ਚਾਹੁੰਦਾ ਕਿ ਮੈਂ ਜਦੋਂ ਗਲਾਸਗੋ ਸਿਟੀ ਕਾਊਂਸਲਰ ਸੀ ਅਤੇ ਉੱਥੇ ਇੱਕ ਡੈਲੀਗੇਸ਼ਨ ਆਇਆ ਸੀ ਈਰਾਨ ਤੋਂ, ਅਤੇ ਮੈਨੂੰ ਉਹਨਾਂ ਦਿਨਾਂ 'ਚ ਬੜਾ ਸ਼ੌਕ ਹੁੰਦਾ ਸੀ ਵੀ ਮਹਿਮਾਨ ਜਿਸ ਮੁਲਕ 'ਚੋਂ ਆਵੇ ਉਹਦੀ ਕੋਸ਼ਿਸ਼ ਕਰੀਏ ਜ਼ਬਾਨ ਬੋਲਣ ਦੀ। ਅਤੇ ਮੈਂ ਇੱਕ ਉਹ ਫਾਰਸੀ ਦਾ ਜਿਹੜਾ ਬੰਦਾ ਸੀ ਉਸ ਕੋਲ ਤਕਰੀਰ ਲਿਖਵਾਈ ਬੜੇ ਜ਼ੋਰ ਸ਼ੋਰ ਨਾਲ, ਬੜੀ ਉੱਥੇ ਪ੍ਰੈਕਟਿਸ ਕੀਤੀ 2-3 ਦਿਨ, ਅਤੇ ਮੈਂ ਉਹਨਾਂ ਨੂੰ ਮਹਿਮਾਨ ਜਿਹੜੇ ਸੀ ਖਸੂਸੀ ਉਹਨਾਂ ਨੂੰ ਵੈਲਕਮ ਕੀਤਾ ਆਪਣਾ ਪਰਸ਼ੀਅਨ ਦੇ ਵਿੱਚ। ਅਤੇ ਜਦੋਂ ਮਹਿਮਾਨੇ ਖਸੂਸੀ ਦੀ ਤਕਰੀਰ ਹੋਈ ਅਤੇ ਉਹਨਾਂ ਨੇ ਕਿਹਾ ਕਿ ਜੀ ਸਰਵਰ ਸਾਹਿਬ, ਕੌਂਸਲ ਸਰਵਰ ਸਾਹਿਬ, ਸਾਨੂੰ ਇਹ ਗੱਲ ਸੁਣ ਕੇ ਬੜੀ ਅੱਜ ਖੁਸ਼ੀ ਹੋਈ ਹੈ ਕਿ ਤੁਹਾਡੀ ਉਰਦੂ ਜ਼ਬਾਨ ਜਿਹੜੀ ਸਾਡੀ ਫਾਰਸੀ ਨਾਲ ਮਿਲਦੀ ਜੁਲਦੀ ਹੈ, ਅਤੇ ਅੱਜ ਇਹ ਨਾ ਹੋਵੇ ਕਿ ਮੇਰੀ ਪੰਜਾਬੀ ਪੜ੍ਹੀ ਲਿਖੀ ਤਕਰੀਰ ਸੁਣਨ ਤੋਂ ਬਾਅਦ ਤੁਸੀਂ ਕਹੋ ਕਿ ਤੁਹਾਡੀ ਉਰਦੂ ਸਾਡੀ ਪੰਜਾਬੀ ਨਾਲ ਮਿਲਦੀ ਹੈ। ਮੈਂ ਅੱਜ ਸਾਰੇ ਆਉਣ ਵਾਲੇ ਮੁਅੱਜ਼ਜ਼ ਮਹਿਮਾਨਾਂ ਨੂੰ ਅੱਜ ਕਨਵੈਨਸ਼ਨ ਵਿੱਚ ਜੀ ਆਇਆਂ ਨੂੰ ਕਹਿੰਦਾ, ਅੱਜ ਅਸੀਂ ਇੱਥੇ ਬਾਬੇ ਗੁਰੂ ਨਾਨਕ ਜੀ ਦੇ 550ਵੇਂ
ਪ੍ਰਕਾਸ਼ ਪੁਰਬ ਮਨਾਉਣ ਦੀ ਗਰਜ ਲਈ ਇਕੱਠੇ ਹੋਏ ਹਾਂ। ਗੁਰੂ ਨਾਨਕ ਜੀ ਤੌਹੀਦ ਦੇ ਪ੍ਰਚਾਰਕ ਤੇ ਅਮਨ ਦੇ ਪਿਆਂਬਰ ਸਨ। ਸਿੱਖ ਮਤ ਦਾ ਬੁਨਿਆਦੀ ਅਕੀਦਾ ਇੰਤਕਾਮ ਔਰ ਕੀਨਾ ਪਰਵਰੀ ਦੀ ਬਜਾਏ ਰਹਿਮ ਦਿਲੀ ਔਰ ਅਮਨ ਦਾ ਪੈਗਾਮ ਆਮ ਕਰਨਾ ਹੈ ਤੇ ਬਾਬਾ ਗੁਰੂ ਨਾਨਕ ਜੀ ਇਨਸਾਨੀਅਤ ਅਮਨ ਤੇ ਮੁਹੱਬਤ ਦੇ ਪ੍ਰਚਾਰਕ। ਔਰ ਮੈਂ ਇਹ ਗੱਲ ਪੈਸ਼ਨੇਟਲੀ ਬਿਲੀਵ ਕਰਦਾ ਹਾਂ ਕਿ ਇਹੀ ਪੈਗਾਮ ਸਾਨੂੰ ਇਸਲਾਮ ਵੀ ਇਹੀ ਪੈਗਾਮ ਦਿੰਦਾ। ਸਾਡੇ ਨਬੀ ਹਜ਼ੂਰ ਸੱਲ ਸੱਲਮ ਦਾ ਵੀ ਅਮਨ ਦਾ ਪਿਆਰ ਦਾ ਮੁਹੱਬਤ ਦਾ ਪੈਗਾਮ ਹੈ। ਔਰ ਮੈਂ ਸਮਝਦਾ ਕਿ ਅਗਰ ਅੱਜ ਇਹ ਦੁਨੀਆ ਜਿਹੜੀ ਹੈ ਇਸ ਪੈਗਾਮ ਨੂੰ ਸੁਣ ਲਵੇ ਔਰ ਇੱਥੇ ਅਮਲ ਕਰਨਾ ਸ਼ੁਰੂ ਕਰ ਦੇਵੇ ਤੇ ਪੂਰੀ ਦੁਨੀਆ ਜਿਹੜੀ ਹੈਗੀ ਆ ਜਿੱਥੇ ਹਰ ਤਰਫ ਜੰਗਾਂ ਤੇ ਲੜਾਈਆਂ ਫਸਾਦ ਹੋ ਰਿਹਾ ਇਹ ਸਾਰੀ ਅਮਨ ਦਾ ਗਹਿਵਾਰਾ ਬਣ ਸਕਦੀ ਆ। ਤੇ ਇਸ ਵਾਸਤੇ ਸਾਡੇ ਲਈ ਇਹ ਬੜੀ ਜ਼ਰੂਰੀ ਹੈ ਕਿ ਜਿਹੜੀਆਂ ਗੁਰੂ ਨਾਨਕ ਜੀ ਨੇ ਜਾਂ ਸਾਡੇ ਇਸਲਾਮ ਨੇ ਅਮਨ ਦੇ ਬਾਰੇ 'ਚ ਮੁਹੱਬਤ ਕੰਪੈਸ਼ਨ ਇਕੁਆਲਿਟੀ ਫੇਅਰਨੈਸ ਇਹ ਚੀਜ਼ਾਂ ਜਿਹੜੀਆਂ ਸਿਖਾਈਆਂ ਨੇ ਅਸੀਂ ਦੁਨੀਆ 'ਚ ਆਮ ਕਰੀਏ। ਔਰ ਇਹਦਾ ਫਾਇਦਾ ਸਿਰਫ ਸਾਨੂੰ ਨਹੀਂ ਹੋਏਗਾ ਬਲਕਿ ਦੁਨੀਆ ਦੇ ਦੂਸਰੇ ਮੁਲਕ ਜਿਹੜੇ ਹੈਗੇ ਨੇ ਉਹ ਵੀ ਇਹਨਾਂ ਟੀਚਰ ਨੂੰ ਫਾਲੋ ਕਰਨ ਦੇ ਔਰ ਇਹਨਾਂ 'ਤੇ ਅਮਲ ਕਰਨ ਦੇ। ਬਾਬੂ ਗੁਰੂ ਨਾਨਕ ਜੀ ਦੀਆਂ ਤਾਲੀਮਾਤ ਸਿੱਖ ਸਹੀਫੇ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਨੇ। ਬਾਬਾ ਗੁਰੂ ਨਾਨਕ ਜੀ ਨੇ ਤਾਕੀਦ ਕੀਤੀ ਕਿ ਸਾਰੇ ਇਨਸਾਨ ਬਗੈਰ ਕਿਸੇ ਰਸਮ ਜਾਂ ਮਜ਼ਹਬੀ ਪੇਸ਼ਵਾਵਾਂ ਦੇ ਖੁਦਾ ਤੱਕ ਰਸਾਈ ਨਹੀਂ ਪਾ ਸਕਦੇ। ਇਹ ਮੈਂ ਇੱਕ ਸ਼ੇਰ ਪੜ੍ਹਨ ਲੱਗਾ, ਇਹ ਅਗਰ ਵਿੱਚ ਕੋਈ ਗਲਤੀ ਗੁਲਤੀ ਹੋ ਗਈ ਤਾਂ ਮਾਫ ਕਰ ਦੇਣਾ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੀ ਸੇ ਭੰਗ ਕੁਰ ਪ੍ਰਸਾਦ। ਚੋਪੀ ਸਾਹਿਬ ਦੇ ਇਹਨਾਂ ਮੰਡਲੇ ਬੋਲਾਂ ਵਿੱਚ ਗੁਰੂ ਨਾਨਕ ਜੀ ਨੇ ਸਾਰੇ ਜਹਾਨ ਦੀ ਹਕੀਕਤ ਔਰ ਉਸ ਇੱਕ ਹਕੀਕੀ ਵਜੂਦ ਦੀ ਸਫਾਤ ਦੀ ਬੜਾਈ ਦਾ ਜ਼ਿਕਰ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦਾ ਇਹ ਸੁਨੇਹਾ ਉਸੇ ਕਦੀਮ ਤਸੱਵਰ ਦੇ ਹਵਾਲੇ ਨਾਲ ਜੁੜਿਆ ਹੋਇਆ ਹੈ ਜਿਹਦੇ ਵਿੱਚ ਖੁਦਾ ਬੁਨਿਆਦੀ ਸਦਾਕਤ ਔਰ ਇਨਸਾਨੀ ਰੂਹ ਜ਼ਮਨੀ ਸਦਾਕਤ ਹੈ। ਤੌਹੀਦ ਦੇ ਐਸੇ ਫਲਸਫੇ ਕਾਰਨ ਇਸਲਾਮ ਤੇ ਸਿੱਖ ਮਤ ਇੱਕ ਦੂਜੇ ਨਾਲ ਨੇੜੇ ਹਨ। ਐਸੇ ਕਰਕੇ ਸਿੱਖਾਂ ਤੇ ਮੁਸਲਮਾਨ ਵਿਚਕਾਰ ਮੁੜ ਤੋਂ ਹੀ ਕੁਰਬਤ ਹੈ। ਇਹ ਜਿਹੜੀ ਕੁਰਬਤ ਦੀ ਗੱਲ ਅਸੀਂ ਅੱਜ ਕਰਦੇ ਹਾਂ ਇਹ ਸਾਡੇ ਜਿਹੜੇ ਬਜ਼ੁਰਗ ਸਨ ਤੇ ਔਰ ਸਿੱਖਾਂ ਦੇ ਜਿਹੜੇ ਬਜ਼ੁਰਗ ਸਨ ਇਹਨਾਂ ਦੀ ਪਿਆਰ ਮੁਹੱਬਤ ਦੀਆਂ ਕਹਾਣੀਆਂ ਆਮ ਨੇ। ਇਹ ਆਮ ਲੋਕ ਜਿਹੜੇ ਪੜ੍ਹੇ ਲਿਖੇ ਨਹੀਂ ਹੈਗੇ ਉਹਨਾਂ ਨੂੰ ਹੀ ਪਤਾ ਹੈ ਕਿ ਕਿਤਨੀ ਮੁਹੱਬਤ ਜਿਹੜੀ ਹੈ ਗੁਰੂਆਂ ਦੇ ਨਾਲ ਜਿਹੜੇ ਸਾਡੇ ਮਜ਼ਹਬੀ ਪੇਸ਼ਵਾ ਸੀ ਉਹਨਾਂ ਦੇ ਨਾਲ ਉਹਨਾਂ ਦੀ ਸੀ। ਤੌਹੀਦ ਦੇ ਐਸੇ ਫਲਸਫੇ ਕਾਰਨ ਇਸਲਾਮ ਤੇ ਸਿੱਖ ਮਤ ਇੱਕ ਦੂਜੇ ਦੇ ਨੇੜੇ ਹਨ। ਐਸੇ ਕਰਕੇ ਸਿੱਖਾਂ ਤੇ ਮੁਸਲਮਾਨ ਵਿਚਕਾਰ ਮੁੜ ਤੋਂ ਹੀ ਕੁਰਬਤ ਹੈ ਜਿਵੇਂ ਗੁਰੂ ਨਾਨਕ ਜੀ ਤੇ ਭਾਈ ਮਰਦਾਨੇ ਜੀ ਦੀ। ਇਹ ਸੁਣਿਆ ਹੋਣਾ ਕਿ ਗੁਰੂ ਨਾਨਕ ਜੀ ਦੀ ਔਰ ਭਾਈ ਮਰਦਾਨੇ ਜੀ ਦੀ ਬੜੀ ਆਪਸ ਵਿੱਚ ਮੁਹੱਬਤ ਪਿਆਰ ਸੀ। ਫਿਰ ਗੁਰੂ ਅਰਜਨ ਜੀ ਦਾ ਮੀਆਂ ਮੀਰ ਜੀ ਨਾਲ ਬੜਾ ਪਿਆਰ ਸੀ ਔਰ ਗੋਬਿੰਦ ਸਿੰਘ ਜੀ ਤੇ ਪੀਰ ਬੁੱਧੂ ਸ਼ਾਹ ਇਹਨਾਂ ਦਾ ਵੀ ਬੜਾ ਪਿਆਰ ਸੀ। ਇਹ ਗੱਲ ਵੀ ਜ਼ਿਕਰਯੋਗ ਹੈ ਕਿ ਬਾਬਾ ਗੁਰੂ ਨਾਨਕ ਜੀ ਨੇ ਆਪਣੀ ਤੇ ਬਾਬਾ ਵਲੀ ਕੰਧਾਰੀ ਦੀ ਦੋਸਤੀ ਦਾ ਇਜ਼ਹਾਰ ਕਰਦਿਆਂ ਆਖਿਆ ਸੀ। ਇਹ ਦੋਸਤੀ ਦੀ ਤੁਸੀਂ ਅੰਦਾਜ਼ਾ ਕਰ ਲਓ ਕਿ ਦੋਸਤੀ ਦਾ ਕਿਹਦੀ ਹਾਈਟ ਤੇ ਕਿਹੜੀਆਂ ਬੁਲੰਦੀਆਂ ਤੇ ਹੋਏਗੀ ਕਿ ਜਿੱਥੇ ਬਾਬਾ ਜੀ ਇਹ ਕਹਿੰਦੇ ਨੇ ਕਿ ਪੰਜਾ ਸਾਹਿਬ ਯਾਤਰਾ ਲਈ ਆਵੇ ਕਿ ਜਿਹੜੇ ਵੀ ਸਿੱਖ ਪੰਜਾ ਸਾਹਿਬ ਆਣ ਉਹ ਬਾਬਾ ਵਲੀ ਕੰਧਾਰੀ ਦੇ ਦਰਬਾਰ ਤੇ ਵੀ ਹਾਜ਼ਰੀ ਦੇਵਣ।
ਤੇ ਸਿਆਲਕੋਟ ਦੇ ਪੀਰ ਹਮਜ਼ਾ ਜੀ ਤੇ ਨਾਲ ਬਾਬਾ ਜੀ ਦੀ ਦੋਸਤੀ ਵੀ ਕੋਈ ਢਕੀ ਛੁਪੀ ਹੋਈ ਗੱਲ ਨਹੀਂ। ਇੱਥੇ ਮੈਂ ਇਹ ਵੀ ਦੱਸਦਾ ਜਾਵਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਮੁਸਲਮਾਨ ਬਜ਼ੁਰਗਾਂ ਬਾਬਾ ਫਰੀਦਉਦੀਨ ਗੰਜਸ਼ਕਰ, ਭਾਈ ਮਰਦਾਨਾ, ਭਾਈ ਸੱਤਾ ਜੀ ਤੇ ਭਾਈ ਬਲਵੰਦਾ ਜੀ ਦਾ ਕਲਾਮ ਵੀ ਸ਼ਾਮਲ ਹੈ। ਇੰਨੇ ਮੁਸਲਮਾਨ ਬਜ਼ੁਰਗਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਬਿਰਾਜਮਾਨ ਹੋਣਾ, ਇਸ ਤੋਂ ਵੱਡਾ ਦੋਵਾਂ ਮਜ਼ਹਬਾਂ ਦਾ ਨੇੜਤਾ ਦਾ ਕੀ ਸਬੂਤ ਹੋ ਸਕਦਾ ਹੈ। ਇੱਕ ਹੋਰ ਮੁਸਲਮਾਨ ਬਜ਼ੁਰਗ ਬਾਬਾ ਬੁੱਲੇ ਸ਼ਾਹ, ਤੁਸੀਂ ਸਾਰਿਆਂ ਨੇ ਸੁਣਿਆ ਹੋਣਾ, ਇੱਕ ਬੜੇ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਹੋਏ ਨੇ, ਉਹ ਵੀ ਗੁਰੂ ਨਾਨਕ ਜੀ ਤੋਂ ਬਹੁਤ ਦੇਰ ਬਾਅਦ ਆਏ ਸਨ, ਲੇਕਿਨ ਉਹਨਾਂ ਨੇ ਵੀ ਬਾਬਾ ਜੀ ਦੇ ਨਾਲ ਪਿਆਰ ਦੀ ਕੋਈ ਗੱਲ ਢੱਕੀ ਛੁੱਕ ਵੀ ਨਹੀਂ ਸੀ। ਔਰ ਉਹਨਾਂ ਨੇ ਇਹ ਕਹਿ ਕਿਹਾ ਸੀ, ਇੱਟ ਖੜਕੇ ਦੁੱਕੜ ਵੱਜੇ ਤੱਤਾ ਹੋਵੇ ਚੁੱਲ੍ਹਾ, ਆਨ ਫਕੀਰ ਤੇ ਖਾ ਖਾ ਜਾਵਨ ਰਾਜ਼ੀ ਹੋਵੇ ਬੁੱਲਾ। ਬੁੱਲੇ ਸ਼ਾਹ ਨੇ ਬਾਬਾ ਜੀ ਦੇ ਸ਼ੁਰੂ ਕੀਤੇ ਜਿਹੜਾ ਲੰਗਰ ਹੈ, ਜਿਹੜਾ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਕਿ ਮਾਸ਼ਾਅੱਲਾ ਬਹੁਤ ਇੱਥੋਂ ਲੋਕ ਮੁਸਤਫੀਦ ਹੁੰਦੇ ਨੇ ਔਰ ਲੰਗਰ ਤੇ ਜਾਗ ਜਾਂਦੇ ਨੇ। ਔਰ ਮੈਨੂੰ ਤਾਂ ਪਤਾ ਹੈ ਕਿ ਮੈਂ ਜਦੋਂ ਉੱਥੇ ਮੈਂਬਰ ਆਫ ਪਾਰਲੀਮੈਂਟ ਸੀ ਤੇ ਤੁਹਾਨੂੰ ਪਤਾ ਸਿਆਸੀ ਬੰਦੇ ਕਦੀ ਪ੍ਰੈਸ਼ਰ 'ਚ ਹੁੰਦੇ ਨੇ, ਕਦੀ ਡਿਪਰੈਸ ਹੁੰਦੇ ਨੇ, ਕਦੀ ਕੋਈ ਉਹਨਾਂ ਨੂੰ ਜ਼ਿੰਦਾਬਾਦ ਕਹਿੰਦਾ ਹੈ, ਕਦੀ ਕੋਈ ਮੁਰਦਾਬਾਦ ਕਹਿਣ ਲੱਗਦਾ। ਬੜਾ ਔਖਾ ਕੰਮ ਹੈ ਸਿਆਸਤ ਸਾਰੀ ਦੁਨੀਆ 'ਤੇ। ਤੇ ਉਹ ਜਦੋਂ ਫਿਰ ਥੋੜ੍ਹਾ ਜਿਹਾ ਸਕੂਨ ਮੈਨੂੰ ਚਾਹੀਦਾ ਹੁੰਦਾ ਸੀ ਨਾ, ਤੇ ਫਿਰ ਮੈਂ ਉੱਥੇ ਹੀ ਜਾਂਦਾ ਸੀਗਾ ਗੁਰੂ ਨਾਨਕ ਜੀ ਦੇ ਕੋਲ। ਤੇ ਉੱਥੇ ਸਿੱਖ ਜਿਹੜਾ ਫਿਰ ਪਿਆਰ ਕਰਦੇ ਸੀ, ਜੱਫੀਆਂ ਪਾਉਂਦੇ ਸੀ, ਉਹ ਫਿਰ ਮੇਰੀ ਥਕਾਵਟ ਜਿਹੜੀ ਸਾਰੀ ਉਦਾਸੀ ਦੂਰ ਹੋ ਜਾਂਦੀ। ਔਰ ਮੇਰਾ ਖਿਆਲ ਹੈ ਕਿ ਇਹ ਵੀ ਗੱਲ ਸਾਰੀ ਦੁਨੀਆਂ ਨੂੰ ਮਾਲੂਮ ਹੈ ਕਿ ਜਿਹੜੇ ਸਿੱਖ ਹੈਗੇ ਨੇ ਉਹ ਪਾਕਿਸਤਾਨ ਦੇ ਨਾਲ ਤੇ ਮੁਸਲਮਾਨਾਂ ਨਾਲ ਕਿੰਨੀ ਮੁਹੱਬਤ ਕਰਦੇ ਨੇ। ਤੇ ਇਹ ਵੀ ਗੱਲ ਕਿਸੇ ਕੋਲ ਢੱਕੀ ਛੁੱਪੀ ਨਹੀਂ ਕਿ ਜਿਹੜੇ ਪਾਕਿਸਤਾਨੀ ਨੇ ਔਰ ਮੁਸਲਮਾਨ ਨੇ ਔਰ ਸਾਰੀਆਂ ਮਨਾਰਟੀ ਕਮਿਊਨਿਟੀ ਲੋਕ, ਸਾਰੇ ਪਾਕਿਸਤਾਨੀ ਸਿੱਖਾਂ ਦੇ ਨਾਲ ਪਿਆਰ ਕਰਦੇ ਨੇ, ਮੁਹੱਬਤ ਕਰਦੇ ਨੇ। ਔਰ ਜਦੋਂ ਤੁਸੀਂ ਇੱਥੇ ਆਉਂਦੇ ਹੋ, ਸਾਡੀ ਬੜੀ ਖੁਸ਼ ਹੁੰਦੀ ਹੈ ਕਿ ਤੁਸੀਂ ਖੁਸ਼ ਹੋ ਕੇ ਜਾਓ। ਔਰ ਮੈਂ ਜਿੱਦਾਂ ਹੁਣ ਭਾਅ ਜੀ ਨੇ ਮੈਨੂੰ ਅੱਜ ਸੁਬਹਾ ਦੱਸ ਰਹੇ ਸੀ ਕਿ ਅਸੀਂ ਉੱਥੇ ਚੱਲੇ ਹੈਗੇ ਹਾਂ, ਟੈਕਸੀ ਲਈ ਆ, ਤਾਂ ਉਹਨੇ ਦੱਸਿਆ ਕਿ ਜਿਸ ਭਾਈ ਜੀ ਨੇ ਤੁਹਾਨੂੰ ਗੱਲ ਕਰਤੀ ਸੀ ਉਹਨੇ ਟੈਕਸੀ ਦੇ ਪੈਸੇ ਦੇ ਦਿੱਤੇ। ਤੇ ਮੈਂ ਜਦੋਂ UK ਹੁੰਦਾ ਸੀ ਤੇ ਬਹੁਤ ਸਾਰੇ ਲੋਕ ਇੱਥੇ ਆਉਂਦੇ ਸੀ ਨਨਕਾਣੇ ਜਾਂ ਕਰਤਾਰਪੁਰ, ਤੇ ਜਦੋਂ ਵਾਪਸ ਜਾ ਕੇ ਮੈਨੂੰ ਕਹਾਣੀਆਂ ਦੱਸਦੇ ਸੀ ਕਿ ਸਾਨੂੰ ਇੰਨਾ ਪਿਆਰ ਮਿਲਿਆ, ਸਾਡੇ ਹੋਟਲ ਦਾ ਬਿੱਲ ਅਸੀਂ ਨਾਲ ਬੈਠੇ ਸੀ, ਕਿਸੇ ਦੋਸਤ ਨੇ ਦੇ ਦਿੱਤਾ। ਤਾਂ ਕਈ ਵਾਰੀ ਮੈਂ ਸੋਚਦਾ ਸੀ ਇਹ ਉਸੇ ਪਾਕਿਸਤਾਨ ਦੀ ਗੱਲ ਕਰਦੇ ਨੇ ਜਿਸ ਪਾਕਿਸਤਾਨ 'ਚ ਮੈਂ ਰਹਿੰਦਾ ਹਾਂ। ਇੰਨੀ ਪਿਆਰ ਜਿਹੜਾ ਹੈ, ਯਕੀਨ ਨਹੀਂ ਆਉਂਦਾ ਕਿ ਜਿਹੜੀਆਂ ਚੀਜ਼ਾਂ ਨਾਲ ਜਿਸ ਤਰੀਕੇ ਨਾਲ ਉਹ ਇੱਕ ਦੂਸਰੇ ਦੇ ਨਾਲ ਪਿਆਰ ਕਰਦੇ ਹਨ। ਮਨਾਰਟੀ ਦੇ ਬਾਰੇ 'ਚ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਆ ਔਰ ਫਿਰ ਮੈਨੂੰ ਦੋਹਰਾਉਂਦਾ, ਇਮਰਾਨ ਖਾਨ ਸਾਹਿਬ ਸਿੱਖਾਂ ਦੇ ਨਾਲ ਪਿਆਰ ਕਰਦੇ ਨੇ, ਮਨਾਰਟੀ ਦੇ ਨਾਲ ਪਿਆਰ ਕਰਦੇ ਨੇ, ਔਰ ਕਰਤਾਰਪੁਰ ਕੋਰੀਡੋਰ ਖੋਲ੍ਹਣ ਦਾ ਉਹਨਾਂ ਦਾ ਜਿਹੜਾ ਫੈਸਲਾ ਹੈਗਾ ਉਹ ਤੁਹਾਡੇ ਸਿੱਖਾਂ ਦੇ ਨਾਲ ਮੁਹੱਬਤ ਦਾ ਨਤੀਜਾ। ਔਰ ਨੂਰ ਅਲ ਹੱਕ ਕਾਦਰੀ ਸਾਹਿਬ ਨੇ ਮੇਰਾ ਖਿਆਲ ਹੈ ਕਿ ਬੜਾ ਵਾਜ਼ੇ ਮੈਸੇਜ ਦਿੱਤਾ ਹੈਗਾ ਕਿ ਜੰਗ ਹੋਵੇ, ਅਮਨ ਹੋਵੇ, ਸਾਡਾ ਇੰਡੀਆ ਨਾਲ ਤਲਕਾਤ ਠੀਕ ਹੋਣ, ਵਿਗਾੜ ਹੋਵੇ, ਲੇਕਿਨ ਕਰਤਾਰਪੁਰ ਕਾਰੀਡੋਰ ਦੇ ਖੁੱਲ੍ਹਣ 'ਚ ਕਿਸੇ ਕਿਸਮ ਦੀ ਰੁਕਾਵਟ ਜਿਹੜੀ ਹੈਗੀ ਹੈ ਪਾਕਿਸਤਾਨ ਨੂੰ ਆਉਂਦਾ। ਇਸ ਵਾਸਤੇ ਇਸ
ਅਸੀਂ ਇੱਕ ਹੋਰ ਗੱਲ ਵੀ ਮੈਂ ਕਹਿਣੀ ਚਾਹੁੰਦਾ, ਐਕਨੋਲੇਜ ਵੀ ਕਰਨੀ ਚਾਹੁੰਦਾ ਕਿ ਦੇਖੋ ਜਿੰਨੇ ਵੀ ਸਾਡੇ ਧਰਮ ਹੈਗੇ, ਕੋਈ ਧਰਮ ਮੈਨੂੰ ਦੱਸ ਦਿਓ ਜਿਹੜਾ ਕਹਿੰਦਾ ਕਿਸੇ ਬੇਗੁਨਾਹ ਨੂੰ ਕਤਲ ਕਰ ਦਿਓ, ਕਿਸੇ ਦੀ ਇਨਸਾਨੀ ਹਕੂਕ ਦੀ ਖਿਲਾਫਵਰਜ਼ੀ ਕਰੋ, ਕਿਸੇ ਬੱਚੀ ਨਾਲ ਜ਼ਿਆਦਤੀ ਕਰੋ, ਕਿਸੇ ਖਾਤੂਨ ਨਾਲ ਜ਼ਿਆਦਤੀ ਕਰੋ, ਕਿਸੇ ਨਾਲ ਨਾ ਇਨਸਾਫ਼ੀ ਕਰੋ। ਸਾਰੇ ਧਰਮ ਸਾਨੂੰ ਇੱਕੋ ਗੱਲ ਸਿਖਾਉਂਦੇ ਨੇ ਕਿ ਇਨਸਾਨੀਅਤ ਦੀ ਕਦਰ ਹੋਣੀ ਚਾਹੀਦੀ ਹੈ ਔਰ ਲੋਕਾਂ ਨੂੰ ਇੱਕ ਦੂਸਰੇ ਦੇ ਨਾਲ ਜ਼ਿਆਦਤੀ ਔਰ ਜ਼ੁਲਮ ਨਹੀਂ ਕਰਨਾ ਚਾਹੀਦਾ। ਔਰ ਮੈਂ ਮੈਡਮ ਸਾਡੀ ਡਾਕਟਰ ਫਰਦੌਸ ਆਸ਼ਿਕ ਅਵਾਨ ਨੇ ਜਿਸ ਤਰੀਕੇ ਨਾਲ ਕਸ਼ਮੀਰ 'ਚ ਹੋਣ ਵਾਲੇ ਜ਼ੁਲਮ ਦਾ ਜ਼ਿਕਰ ਕੀਤਾ ਹੈਗਾ, ਮੈਂ ਹਿਊਮਨ ਰਾਈਟਸ ਦੇ ਹਵਾਲੇ ਨਾਲ ਕਰਦਾ। ਹਿਊਮਨ ਰਾਈਟਸ ਦੇ ਹਵਾਲੇ ਦੇ ਨਾਲ ਗੱਲ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ। ਔਰ ਮੈਨੂੰ ਇਹ ਗੱਲ ਦੀ ਬੜੀ ਖੁਸ਼ੀ ਹੈ ਕਿ ਈਵਨ ਇੰਡੀਆ ਦੇ ਵਿੱਚ ਜਿਹੜੀ ਆਪੋਜੀਸ਼ਨ ਹੈ ਉਹ ਵੀ ਕਸ਼ਮੀਰ ਦੇ ਵਿੱਚ ਹੋਣ ਵਾਲਿਆਂ ਦਾ ਜਿਹੜਾ ਜ਼ੁਲਮ ਹੈ ਉਹਦਾ ਜ਼ਿਕਰ ਉਹ ਕਰਦੇ ਪਏ ਨੇ। ਇਸ ਵਾਸਤੇ ਕਿ ਸਾਡਾ ਕੋਈ ਵੀ ਮਜ਼ਹਬ ਹੋਵੇ, ਕੋਈ ਵੀ ਸਾਡਾ ਜਿਹੜਾ ਹੈਗਾ ਫੇਥ ਹੋਵੇ, ਲੇਕਿਨ ਕਿਸੇ ਵੀ ਰੇਸ ਨੂੰ, ਲੇਕਿਨ ਵਨ ਥਿੰਗ ਵੀ ਸ਼ੁਡ ਆਲ ਨੋ ਕਿ ਵੀ ਬਿਲੋਂਗ ਟੂ ਵਨ ਰੇਸ ਐਂਡ ਦੈਟ ਇਜ਼ ਹਿਊਮਨ ਰੇਸ। ਤੋ ਹਮੇ ਇਨਸਾਨ ਜੋ ਹੈ ਉਸਕੋ ਤਕਲੀਫ ਮੇਂ, ਦੁੱਖ ਮੇਂ ਦੇਖ ਕੇ ਉਸੇ ਹਮਦਰਦੀ ਕਰਨੀ ਚਾਹੀਏ। ਔਰ ਜੋ ਵੀ ਮਜ਼ਲੂਮ ਹੈ, ਚਾਹੇ ਉਸਕਾ ਤਾਲਕ ਕਿਸੀ ਵੀ ਮਜ਼ਹਬ ਸੇ ਹੈ, ਕਿਸੀ ਫਿਰਕੇ ਸੇ ਹੈ, ਕਹਾਂ ਵੀ ਹੈ, ਹਮੇ ਮਜ਼ਲੂਮ ਕੇ ਸਾਥ, ਯਹੀ ਹਮਾਰਾ ਗੁਰੂ ਨਾਨਕ ਜੀ ਨੇ ਹਮੇ ਸਿਖਾਇਆ ਹੈ, ਯਹੀ ਇਸਲਾਮ ਨੇ ਹਮੇ ਸਿਖਾਇਆ ਕਿ ਹਮੇ ਮਜ਼ਹਬ ਕੇ ਸਾਥ ਜੋ ਹੈ ਵੋ ਹਰ ਸੂਰਤ ਮੇਂ ਖੜੇ ਹੋਣਾ ਚਾਹੀਏ। ਤੋ ਮੈਂ ਬੜੀ ਖੁਸ਼ੀ ਹੈ ਮੈਨੂੰ ਕਿ ਸਿੱਖ ਭਰਾ ਜਿਹੜੇ ਨੇ ਜਿਹਨਾਂ ਬੱਚੀਆਂ ਨਾਲ ਦੂਸਰਿਆਂ ਨਾਲ ਜ਼ਿਆਦਤੀ ਹੁੰਦੀ ਹੈ ਤੇ ਉਹ ਵੀ ਉਹਨਾਂ ਦੇ ਨਾਲ ਖਲੋਂਦੇ ਨੇ ਮੋਢੇ ਨਾਲ ਮੋਢਾ ਲਾ। ਤੇ ਆਖਰ ਦੇ ਵਿੱਚ ਮੈਂ ਤੁਹਾਨੂੰ ਥੋੜ੍ਹੀ ਜਿਹੀ ਅਪਡੇਟ ਦੇਣਾ ਚਾਹੁੰਦਾ ਕਿ ਜਿਹੜਾ ਕਰਤਾਰਪੁਰ ਦੇ ਵਿੱਚ 80-85% ਕੰਮ ਮੁਕੰਮਲ ਹੋ ਗਿਆ। ਤੇ ਦੂਸਰੀ, ਮੈਂ ਜਦੋਂ ਅਮਰੀਕਾ ਗਿਆ ਸੀ, ਕੈਨੇਡਾ ਗਿਆ ਸੀ, UK ਗਿਆ ਸੀ, ਤੇ ਸਿੱਖ ਭਾਈਆਂ ਨੇ ਮੈਨੂੰ ਇੱਕ ਰਿਕੁਐਸਟ ਕੀਤੀ ਸੀ ਕਿ ਉਹ ਇਹ ਚਾਹੁੰਦੇ ਨੇ ਕਿ ਜਿਹੜੇ ਗੁਰੂ ਨਾਨਕ ਜੀ ਦੇ 104 acres ਜਗ੍ਹਾ ਹੈਗੀ ਆ ਉਹ ਕਿਸੇ ਵੀ ਕਮਰਸ਼ੀਅਲ ਕੰਮ ਵਾਸਤੇ ਇਸਤੇਮਾਲ ਨਾ ਹੋਵੇ। ਤੇ ਮੈਂ ਜਦੋਂ ਵਾਪਸ ਆਇਆ ਔਰ ਮੈਂ ਫਿਰ ਉੱਥੇ ਕਰਤਾਰਪੁਰ ਦਾ ਦੌਰਾ ਕੀਤਾ ਤੇ ਉੱਥੇ ਸਾਰਾ ਕਮਿਸ਼ਨਰ ਸਾਹਿਬ, ਡਿਪਟੀ ਕਮਿਸ਼ਨਰ ਔਰ ਪ੍ਰੋਜੈਕਟ ਮੈਨੇਜਰ ਕੋਲੋਂ ਸਾਰੀ ਲਈ। ਇੱਕ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਗੁਰਦੁਆਰਾ 3 acres ਸੀ ਉਹਨੂੰ ਅਸੀਂ ਐਕਸਪੈਂਡ ਕਰਕੇ 42 acres 'ਚ ਕਰਤਾ ਹੈਗਾ, 42 acres। ਔਰ ਉਸ ਤੋਂ ਬਾਅਦ ਖੇਤੀਬਾੜੀ ਵਾਸਤੇ 26 acres ਜਗ੍ਹਾ ਰੱਖੀ ਗਈ ਸੀ, ਲੇਕਿਨ ਮੈਂ ਜਾ ਕੇ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਮੈਂ ਕਿਹਾ ਸਿੱਖ ਕਮਿਊਨਿਟੀ ਇਹ ਚਾਹੁੰਦੀ ਹੈ ਕਿ ਉਹਨਾਂ ਦੇ 104 acres 'ਤੇ ਕਿਸੇ ਕਿਸਮ ਦੀ ਕਮਰਸ਼ੀਅਲ ਐਕਟੀਵਿਟੀ ਨਹੀਂ ਹੋਣੀ ਚਾਹੀਦੀ। ਉਹ ਜ਼ਮੀਨ ਵੀ ਅਸੀਂ 26 acres ਤੋਂ ਬਣਾ ਕੇ 62 acres ਕਰਤੀ ਹੈਗੀ ਆ। ਔਰ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇੱਕ ਜ਼ਮੀਨ ਜਗ੍ਹਾ ਇੰਚ 'ਤੇ ਵੀ ਜਿੱਥੇ ਬਾਬਾ ਜੀ ਖੇਤੀਬਾੜੀ ਕਰਦੇ ਸੀ ਉਹ ਕਿਸੇ ਕਮਰਸ਼ੀਅਲ ਐਕਟੀਵਿਟੀ ਜਿਹੜੀ ਹੈਗੀ ਆ ਉਹਦੇ ਵਾਸਤੇ ਇਸਤੇਮਾਲ ਨਹੀਂ ਹੋਈ। ਉਸ ਤੋਂ ਬਾਅਦ ਨਨਕਾਣੇ ਦੇ ਵਿੱਚ ਸਭ ਤੋਂ ਵੱਡਾ ਇਸ਼ੂ ਇਹ ਸੀ ਕਿ ਲੋਕ ਜਿਹੜੇ ਸੀ ਜਦੋਂ ਰੇਲਵੇ ਸਟੇਸ਼ਨ ਤੋਂ ਉਤਰਦੇ ਸੀ ਤੇ ਉਹਨਾਂ ਨੇ ਜਨਮ ਸਥਾਨ ਜਾਣਾ ਸੀ ਤੇ ਸੜਕਾਂ ਦੇ ਦਰਮਿਆਨ ਦੀ ਜਾਣਾ ਪੈਂਦਾ ਸੀ, ਉੱਥੇ ਸਿਕਿਉਰਿਟੀ ਇਸ਼ੂ ਸੀ, ਤੁਹਾਨੂੰ ਬਾਜ਼ਾਰ ਬੰਦ ਕਰਨੇ ਸੀ ਪੈਂਦੇ ਸੀ, ਜਿਹਨਾਂ ਨੂੰ ਕੋਈ ਇਨਕਨਵੀਨੀਅੰਸ ਹੁੰਦੀ ਸੀ। ਤੇ ਮੇਰਾ ਖਿਆਲ ਹੈ ਪਹਿਲੀ ਦਫਾ ਹੋਇਆ ਪਾਕਿਸਤਾਨ 'ਚ ਕਿ ਅਸੀਂ 3 months ਦੇ ਅੰਦਰ ਅੰਦਰ ਉੱਥੇ ਰੇਲਵੇ ਸਟੇਸ਼ਨ ਤੋਂ ਲੈ ਕੇ ਜਨਮ ਸਥਾਨ ਤੱਕ ਕੋਰੀਡੋਰ ਜਿਹੜਾ ਹੈਗਾ ਅਗਲੇ 2-3 hours 'ਚ ਇਨਸ਼ਾਅੱਲਾ ਮੁਕੰਮਲ ਹੋ ਜਾਏਗਾ। ਔਰ ਜਦੋਂ ਤੁਸੀਂ ਤਸ਼ਰੀਫ ਲਿਆਉਣ ਦੇ ਰੇਲਵੇ ਸਟੇਸ਼ਨ ਤੋਂ ਉੱਤਰ ਕੇ ਸਿੱਧੇ ਤੁਸੀਂ ਜਨਮ ਸਥਾਨ ਜਾ ਸਕੋਗੇ ਔਰ ਤੁਹਾਨੂੰ ਸੜਕਾਂ ਵਗੈਰਾ 'ਚ ਕੋਈ ਕਿਸੇ ਕਿਸਮ ਦੀ ਜਾਂ ਸਕਿਉਰਟੀ ਦਾ ਕੋਈ ਇਸ਼ੂ ਨਹੀਂ ਹੋਏਗਾ। ਔਰ ਉਸ ਕੋਰੀਡੋਰ ਦਾ ਨਾਂ ਵੀ ਅਸੀਂ ਬਾਬਾ ਗੁਰੂ ਨਾਨਕ ਕੋਰੀਡੋਰ ਜਿਹੜਾ ਹੈਗਾ ਉਹ ਰੱਖ ਰਿਹਾ ਹੈ।
ਫਿਰ ਉਸ ਤੋਂ ਬਾਅਦ ਸਰ ਮੇਰੇ ਨੋਟਿਸ ਲਿਆਂਦੀ ਗਈ ਗੱਲ ਕਿ ਸੁੱਚਾ ਸਿੰਘ ਤੋਂ ਸੁੱਚਾ ਸੌਦਾ ਤੋਂ ਜਿਹੜੀ ਸੜਕ ਨਨਕਾਣਾ ਜਾਂਦੀ ਹੈ ਉਹ ਟੁੱਟੀ ਫੁੱਟੀ ਪਈ ਹੈ, ਜਿਹਦੇ ਵਿੱਚ ਯਾਤਰੀ ਜਿਹੜੇ ਆਉਂਦੇ ਨੇ ਉਹਨਾਂ ਨੂੰ ਦੁਸ਼ਵਾਰੀ ਹੁੰਦੀ ਹੈ, ਔਰ ਉਹਦੇ 'ਤੇ ਵੀ ਕੰਮ ਸ਼ੁਰੂ ਹੋ ਗਿਆ, ਔਰ ਅਸੀਂ ਉਮੀਦ ਕਰਦੇ ਹਾਂ ਕਿ ਉਹ 550 ਸਾਲ ਜਿਹੜਾ ਤੋਂ ਪਹਿਲੋਂ ਉਹ ਜਗ੍ਹਾ ਜਿਹੜੀ ਹੈਗੀ ਮੁਕੰਮਲ ਹੋ ਜਾਵੇ। ਔਰ ਉਸ ਤੋਂ ਬਾਅਦ ਤੀਸਰਾ ਜਿਹੜਾ ਸਭ ਤੋਂ ਵੱਡਾ ਇਸ਼ੂ ਇਹ ਸੀ ਕਿ ਗੁਰੂ ਨਾਨਕ ਜੀ ਦੇ ਨਾਲ ਇੱਕ ਕਾਲਜ ਸੀ ਜਿਹੜਾ ਤਕਰੀਬਨ 4-5 ਏਕੜ ਸੀ, ਉਹ ਵੀ ਸਾਡੀ ਕਮੇਟੀ ਨੇ ਯੂਨਾਨੀ ਮਸੀਂ ਫੈਸਲਾ ਕੀਤਾ ਕਿ ਉਹ ਕਾਲਜ ਜਿਹੜਾ ਹੈਗਾ ਅਸੀਂ ਉੱਥੋਂ ਮੂਵ ਕਰ ਦਿਆਂਗੇ, ਔਰ ਉਹ ਵੀ ਜਗ੍ਹਾ ਸਿੱਖਾਂ ਦੀ ਜਿਹੜੀ ਫੈਸਿਲਿਟੀਜ਼ ਹੈਗੀ ਆ ਉਹਨਾਂ ਵਾਸਤੇ ਇਸਤੇਮਾਲ ਕਰਾਂਗੇ ਤਾਂ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਜਿਹੜੀ ਹੈਗੀ ਆ ਉਹ ਨਾ ਦੇਵੇ। ਉੱਥੇ ਵੀ ਕੰਮ ਹੋ ਰਿਹਾ। ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਉਹਦੇ ਵਿੱਚ ਉਹ ਖੰਭੇ ਲੱਗੇ ਸੀ ਤਾਂ ਵਾਇਰਾਂ ਵਗੈਰਾ ਹੈਗੀਆਂ ਨੇ, ਉਹ ਵੀ ਅਸੀਂ ਲੈਸਕੋ ਡਿਪਾਰਟਮੈਂਟ ਨੂੰ ਕਿਹਾ ਹੈਗਾ ਕਿ ਜਿੰਨੀ ਵੀ ਵਾਇਰਿੰਗ ਹੈਗੀ ਇਹਨੂੰ ਅੰਡਰਗਰਾਊਂਡ ਕੀਤਾ ਜਾਵੇ ਤਾਂ ਕਿ ਜਿਹੜਾ ਹੈਗਾ ਉਹਦਾ ਜਿਹੜੀ ਬਿਊਟੀ ਹੈਗੀ ਆ ਜਨਮ ਸਥਾਨ ਦੀ ਉਹਦੇ 'ਤੇ ਕਿਸੇ ਕਿਸਮ ਦਾ ਇਫੈਕਟ ਨਾ ਹੋ। ਔਰ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਣਾ ਚਾਹੁੰਦਾ ਕਿ ਤੁਹਾਨੂੰ ਪਤਾ ਕਿ ਅਸੀਂ ਇੱਕ ਸੇਫ ਸਿਟੀ ਦੇ ਨਾਂ 'ਤੇ ਪੂਰੇ ਲਾਹੌਰ 'ਚ ਅਸੀਂ ਕੈਮਰੇ ਲਾਏ ਨੇ ਸਿਕਿਉਰਿਟੀ ਇਸ਼ੂ ਦੀ ਵਜ੍ਹਾ, ਔਰ ਉਹਦਾ ਦਾਇਰਾਕਾਰ ਜਿਹੜਾ ਹੈਗਾ ਅਸੀਂ ਉਹਨਾਂ ਨੂੰ ਸੇਫ ਸਿਟੀ ਵਾਲਿਆਂ ਨੂੰ ਇੰਸਟਰਕਟ ਕਰਤਾ ਹੈ ਕਿ ਅਸੀਂ ਉਹੀ ਕੈਮਰੇ ਜਿਹੜੇ ਹੈਗੇ ਨੇ ਪੂਰਾ ਨੰਦ ਗੁਰੂ ਨਾਲ ਜਿਹੜਾ ਨਨਕਾਣਾ ਹੈਗਾ ਉਹ ਕੈਮਰਿਆਂ ਦੇ ਨਾਲ ਕਵਰ ਹੋਏਗਾ, ਔਰ ਸਾਡੇ ਬੰਦੇ ਬੈਠੇ ਲਾਹੌਰ 'ਚ ਦੇਖ ਸਕਣ ਦੇ ਕਿ ਉੱਥੇ ਕੀ ਹੋ ਰਿਹਾ, ਕਿਸੇ ਕਿਸਮ ਦੀ ਕੋਈ ਜ਼ਿਆਦਾ ਤਾਂ ਨਹੀਂ ਹੋ ਰਹੀ, ਕਿਸੇ ਕਿਸਮ ਦੀ ਸਿਕਿਉਰਿਟੀ ਦੇ ਇੰਤਜ਼ਾਮ ਨੂੰ ਹੋਰ ਉਹਦੇ ਨਾਲ ਫੂਲ ਪਰੂਫ ਹੋ ਜਾਣਗੇ ਅਗਰ ਕੈਮਰਾ ਸਿਸਟਮ ਜਿਹੜਾ ਹੈਗਾ ਇਨਸ਼ਾਅੱਲਾ ਸਿਕਿਉਰਿਟੀ ਦੇ ਅਸੀਂ ਉੱਥੇ ਇੰਸਟਾਲ ਕਰ ਦੇਣਾ। ਅਤੇ ਆਖਿਰ 'ਚ ਮੈਂ ਫਿਰ ਤਮਾਮ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਜਿਹੜੇ ਆਏ ਨੇ ਇੱਥੇ ਉਹਨਾਂ ਨੂੰ ਜੀਆਂ ਆਖਦਾ, ਔਰ ਉਮੀਦ ਕਰਦਾ ਕਿ ਤੁਹਾਡਾ ਸਟੇਅ ਇੱਥੇ ਜਿਹੜਾ ਹੈਗਾ ਉਹ ਅੱਛਾ ਰਹੇਗਾ, ਔਰ ਮੈਨੂੰ ਉਮੀਦ ਹੈ ਕਿ ਤੁਸੀਂ ਇੱਥੇ ਜਦੋਂ ਜਾਓਗੇ ਅਤੇ ਇੱਥੋਂ ਅੱਛੀਆਂ ਯਾਦਾਂ ਜਿਹੜੀਆਂ ਹੈਗੀਆਂ ਲੈ ਕੇ ਜਾਵਾਂਗੇ। ਤਾਂ ਆਖਰੀ ਇੱਕ ਪੜ੍ਹਨਾ ਮੈਂ ਪੰਜਾਬੀ ਦਾ ਇੱਕ ਹੋਰ ਸ਼ੇਅਰ, ਖੜ ਨੁਕਤਾ ਛੋੜ ਹਸਾਬਨ, ਖੜ ਨੁਕਤਾ ਛੋੜ ਹਸਾਬਨ, ਛੱਡ ਦੋਜ਼ਖ ਗੋਰ ਅਜ਼ਾਬਨ, ਕਰ ਬੰਦ ਕੁਫਰ ਦੀਆਂ ਬਾਬਾਂ ਨੂੰ, ਕਰ ਸਾਫ ਦਿਲੇ ਦੀਆਂ ਖਾਬਾਂ। ਪਾਕਿਸਤਾਨ ਜ਼ਿੰਦਾਬਾਦ। ਹਰ ਜਗ੍ਹਾ ਬਲਕਿ ਹਮ ਕੋਸ਼ਿਸ਼ ਕਰੇਂਗੇ ਆਪਕੋ ਏਅਰਪੋਰਟ ਪੇ ਵੀਜ਼ਾ ਮਿਲੇ, ਔਰ ਦੂਸਰਾ ਯਹਾਂ ਜੋ ਆਪਕਾ ਜਾਣਾ ਹੈ ਆਪਣੇ ਹਿੰਦੁਸਤਾਨ ਜਾਣਾ ਹੋ ਵਾਪਸ ਆਉਣਾ ਹੋ ਇਨਸ਼ਾਅੱਲਾ ਆਪਕੇ ਲਈ ਮਲਟੀਪਲ ਵੀਜ਼ਾਜ਼ ਵੀ ਹਮ ਕਰੇਂਗੇ। ਅੱਛਾ ਮੈਨੇ ਆਖਰ ਮੈਂ ਸੁਰਜੀਤ ਸਿੰਘ ਤੇ ਜੀ ਉਹਨਾਂ ਨੇ ਵੀ ਕਿਹਾ ਕਿ ਨਫ਼ਰਤੇ ਖਤਮ ਕਰਨੀ ਚਾਹੀਏ, ਮੈਂ ਆਪਕੋ ਯਕੀਨ ਦਿਲਾਤਾ ਹੂੰ ਕਿ ਮੈਂ ਵੋ ਪਾਕਿਸਤਾਨੀ ਹੂੰ ਜੋ ਪਾਕਿਸਤਾਨ ਕੀ ਪਹਿਲੀ ਜਨਰੇਸ਼ਨ ਥੀ, ਮੇਰੇ ਮਾਂ ਬਾਪ ਇੱਕ ਗੁਲਾਮ ਹਿੰਦੁਸਤਾਨ ਮੇਂ ਪੈਦਾ ਹੋਏ ਥੇ, ਮੈਂ ਇੱਕ ਆਜ਼ਾਦ ਮੁਲਕ ਮੇਂ ਪੈਦਾ ਹੁਆ ਥਾ, ਔਰ ਯਹਾਂ ਹਮ ਜਬ ਲਾਹੌਰ ਮੇਂ ਬੜੇ ਹੋ ਰਹੇ ਥੇ ਤੋ ਹਮਨੇ ਬੜੀ ਬੜੀ ਦੁੱਖ ਭਰੀ ਦਾਸਤਾਨੇ ਸੁਣੀ ਕਿ ਕਿਸ ਤਰ੍ਹਾਂ ਕਾ ਜ਼ੁਲਮ ਹੁਆ, ਜੋ ਵਹਾਂ ਸੇ ਲੋਕ ਆਏ ਪੰਜਾਬ ਸੇ ਇਸ ਪੰਜਾਬ ਸੇ ਇਧਰ ਇਧਰ ਸੇ ਉਧਰ ਗਏ, ਉਹਨਾਂਨੇ ਬੜੀ ਤਕਲੀਫ ਤੇ ਦਾਸਤਾਨੇ ਸੁਣਾਈ, ਔਰ ਉਧਰ ਸੇ ਜੋ ਇਧਰ ਆਏ ਉਹਨਾਂਨੇ ਬਤਾਇਆ ਕਿ ਕਿਸ ਤਰ੍ਹਾਂ ਕੀ ਕਤਲੇਆਮ ਹੋਈ, ਤੋ ਹਮ ਤੋ ਬੜੇ ਹੋਏ ਥੇ ਇਸਕੇ ਉੱਪਰ। ਲੇਕਿਨ ਜਬ ਮੈਂ ਹਿੰਦੁਸਤਾਨ ਪਹਿਲੀ ਦਫ਼ਾ ਕ੍ਰਿਕਟ ਖੇਲਣੇ ਗਿਆ ਤੋ ਹਮਨੇ ਬਿਲਕੁਲ ਇੱਕ ਮੁਖਤਲਿਫ ਕਿਸਮ ਕਾ ਮੁਲਕ ਪਾਇਆ, ਜੋ ਹਮੇ
ਜਿਸ ਤਰ੍ਹਾਂ ਕਿ ਵਹਾਂ ਵੈਲਕਮ ਮਿਲੀ, ਜਿਸ ਤਰ੍ਹਾਂ ਕਾ ਇੱਜ਼ਤ ਮਿਲੀ, ਜਿਸ ਤਰ੍ਹਾਂ ਕਾ ਪਿਆਰ ਮਿਲਾ, ਤੋ ਹਮ ਹੈਰਾਨ ਹੋ ਗਏ ਕਿ ਇਤਨੀ ਨਫ਼ਰਤੇ ਹਮ ਸੁਣਤੇ ਆ ਰਹੇ ਥੇ ਔਰ ਇਤਨੇ ਖੌਫਨਾਕ ਚੀਜ਼ੇ ਸੁਣਤੇ ਆ ਰਹੇ ਥੇ ਔਰ ਫਿਰ ਇੱਕ ਹਿੰਦੁਸਤਾਨ ਜੋ ਹਮ ਸਮਝਦੇ ਥੇ ਕਿ ਦੁਸ਼ਮਨੋਂ ਕਾ ਮੁਲਕ ਹੈ, ਵਹਾਂ ਹਮੇਂ ਬੜੀ ਇੱਜ਼ਤ ਮਿਲੀ, ਮੇਰੀ ਦੋਸਤੀਆਂ ਹੋਈ, ਬੜੇ ਮੇਰੇ ਅਭੀ ਵੀ ਹਿੰਦੁਸਤਾਨ ਮੇਂ ਮੇਰੇ ਬੜੇ ਦੋਸਤ ਹੈ। ਤੋ ਜਬ ਜਬ ਮੁਝੇ ਅੱਲਾ ਨੇ ਜ਼ਿੰਮੇਦਾਰੀ ਦੀ ਪ੍ਰਾਈਮ ਮਿਨਿਸਟਰ ਬਣਾ, ਤੋ ਪਹਿਲੀ ਮੇਰੀ ਕੋਸ਼ਿਸ਼ ਇਹ ਥੀ ਕਿ ਹਮ ਹਿੰਦੁਸਤਾਨ ਸੇ ਆਪਣੇ ਤਾਲੁਕਾਤ ਬਿਹਤਰ ਕਰੇਂ। ਪਹਿਲੀ ਮੈਨੇ ਪੈਗਾਮ ਦੀਆ, ਜਬ ਜਿਸ ਦਿਨ ਵਜ਼ੀਰ ਆਜ਼ਮ ਬਣਾ ਤੋ ਮੈਨੇ ਪੈਗਾਮ ਦੀਆ ਹਿੰਦੁਸਤਾਨ ਕੋ ਕਿ ਆਪ ਇੱਕ ਕਦਮ ਹਮਾਰੀ ਤਰਫ ਆਏਂਗੇ, ਹਮ ਦੋ ਕਦਮ ਆਪਕੀ ਤਰਫ ਆਏਂਗੇ। ਨਰਿੰਦਰ ਮੋਦੀ ਕੋ ਮੈਨੇ ਕਿਹਾ ਜਬ ਟੈਲੀਫੋਨ ਪੇ ਬਾਤ ਹੋਈ ਕਿ ਹਮ ਦੋਨੋਂ ਮੁਲਕੋਂ ਕੇ ਇੱਕ ਹੀ ਮਸਲੇ ਹੈ, ਗੁਰਬਤ ਹੈ, ਬੇਰੁਜ਼ਗਾਰੀ ਹੈ, ਔਰ ਇੱਕ ਉਸਸੇ ਬੜਾ ਅਬ ਇੱਕ ਬਹੁਤ ਬੜਾ ਬਰੇ ਸਗੀਰ ਮੇਂ ਅਜ਼ਾਬ ਆਨੇ ਲਗਾ ਹੈ ਕਲਾਈਮੇਟ ਚੇਂਜ ਕਾ। ਹਮ ਯਹਾਂ ਇੱਕ ਟਿਕਿੰਗ ਬੰਬ ਪੇ ਬੈਠੇ ਹੋਏ ਹੈ, ਜੈਸੇ ਜੈਸੇ ਗਰਮੀ ਬੜਤੀ ਜਾ ਰਹੀ ਹੈ ਹਮਾਰੇ ਗਲੇਸ਼ੀਅਰ ਪਿਘਲ ਰਹੇ ਹੈ, ਔਰ ਅਗਰ ਹਮਨੇ ਜੁਆਇੰਟਲੀ ਇਸਕੇ ਉੱਪਰ ਕੁਛ ਨਾ ਕੀਆ ਤੋ ਆਗੇ ਯਾ ਦਰਿਆਓਂ ਮੇਂ ਪਾਣੀ ਕਮ ਹੋਤਾ ਜਾਏਗਾ, ਔਰ ਯਹਾਂ ਕਰੋੜੋਂ ਲੋਕ ਜੋ ਦਰਿਆ ਕੇ ਪਾਣੀ ਕੇ ਉੱਪਰ ਗੁਜ਼ਾਰਾ ਕਰਤੇ ਹੈ, ਤੋ ਹਮ ਇਕੱਠੇ ਮਿਲ ਕੇ ਯੇ ਕਰੇਂ। ਹਮਾਰਾ ਇੱਕ ਹੀ ਮਸਲਾ ਕਸ਼ਮੀਰ ਕਾ 72 ਸਾਲੋਂ ਸੇ, ਤੋ ਵੋ ਡਾਇਲੋਗ ਸੇ ਹਮ ਹੱਲ ਕਰ ਸਕਤੇ ਹੈਂ। ਲੇਕਿਨ ਅਬ ਮੈਂ ਆਪਕੇ ਸਾਹਮਣੇ ਹੈ, ਜੋ ਇਵੈਂਟਸ ਜੈਸੇ ਜੈਸੇ ਬਦਲਤੇ ਗਏ, ਅਫਸੋਸ ਸੇ ਮੁਝੇ ਕਹਿਣਾ ਪੜਤਾ ਹੈ ਕਿ ਹਮਨੇ ਮੈਨੇ ਜਿਤਨੀ ਵੀ ਕੋਸ਼ਿਸ਼ ਕੀ, ਹਮੇਂ ਵਹਾਂ ਸੇ ਇੱਕ ਐਸੇ ਲਗਾ ਕਿ ਕੰਡੀਸ਼ਨਸ ਡਾਲੋ, ਯੇ ਵੀ ਆਪ ਕਰੇਂ, ਵੋ ਵੀ ਕਰੇਂ, ਜਿਸ ਤਰ੍ਹਾਂ ਕੋਈ ਸੁਪਰ ਪਾਵਰ ਕਿਸੀ ਗਰੀਬ ਮੁਲਕ ਕੋ ਕਹਿ ਰਹੀ ਹੋਤੀ ਕਿ ਪਹਿਲੇ ਆਪ ਯੇ ਕਰੇਂ ਤੋ ਫਿਰ ਹਮ ਆਗੇ ਚਲੇਂਗੇ। ਮੈਂ ਬੜਾ ਬਹੁਤ ਹੈਰਾਨ ਥਾ ਕਿਉਂਕਿ ਮੇਰੇ ਜ਼ਿਹਨ ਮੇਂ ਹੀ ਨਹੀਂ ਹੈ ਕਿ ਯੇ ਕੋਈ ਵੀ ਜੰਗ ਸੇ ਮਸਲੇ ਹੱਲ ਹੋਤੇ ਹੈ। ਜੋ ਵੀ ਜੰਗ ਸੇ ਮਸਲੇ ਹੱਲ ਕਰਨੇ ਕੀ ਕੋਸ਼ਿਸ਼ ਕਰਤਾ ਹੈ ਉਸਮੇਂ ਅਕਲ ਹੀ ਨਹੀਂ ਹੈ, ਉਸਨੇ ਤਾਰੀਖ ਹੀ ਨਹੀਂ ਪੜੀ ਹੋਈ ਦੁਨੀਆ ਕੀ। ਆਪ ਇੱਕ ਮਸਲਾ ਹੱਲ ਕਰਤੇ ਜੰਗ ਸੇ, ਚਾਰ ਔਰ ਮਸਲੇ ਖੜੇ ਹੋ ਜਾਤੇ। ਜਿਨ੍ਹੋਂਨੇ ਵੀ ਜੰਗ ਸੇ ਮਸਲੇ ਹੱਲ ਕੀਏ ਹੈ, ਅਗਰ ਵੋ ਜੀਤੇ ਵੀ ਹੈ ਤੋ ਇੱਕ ਤਰ੍ਹਾਂ ਹਾਰ ਗਏ, ਇਤਨਾ ਨੁਕਸਾਨ ਹੋਇਆ ਕਿ ਕਈ ਸਾਲ ਲੱਗਤੇ ਹੈ ਮੁਲਕ ਉਸੇ ਫਿਰ ਸੇ ਵਾਪਸ ਖੜਾ ਹੋਣੇ ਪਏ। ਲੇਕਿਨ ਮੁਝੇ ਅਫਸੋਸ ਸੇ ਇਹ ਕਹਿਣਾ ਪੜਤਾ ਹੈ ਕਿ ਜੋ ਇਸ ਵਕਤ ਬੀਜੇਪੀ ਕੀ ਹਕੂਮਤ ਹੈ, ਯੇ ਇੱਕ ਉਸ ਨਜ਼ਰੀਏ ਪੇ ਚੱਲ ਰਹੀ ਹੈ, ਯੇ ਵੋ ਆਈਡੀਓਲੋਜੀ ਹੈ ਜਿਸ ਆਈਡੀਓਲੋਜੀ ਕੀ ਵਜ੍ਹਾ ਸੇ ਪਾਕਿਸਤਾਨ ਬਣਾ ਥਾ। ਕਾਇਦ ਆਜ਼ਮ ਤੋ ਹਿੰਦੂ ਮੁਸਲਿਮ ਯੂਨਿਟੀ ਕੇ ਅੰਬੈਸਡਰ ਕਹਲਾਏ ਜਾਤੇ ਥੇ, ਵੋ ਤੋ ਕਮਿਊਨਲ ਥੇ ਹੀ ਨਹੀਂ। ਉਹਨੇ ਇੱਕ ਵਕਤ ਪੇ ਜਾ ਕੇ ਦੇਖਾ ਕਿ ਯੇ ਜੋ ਆਈਡੀਓਲੋਜੀ ਹੈ ਯੇ ਸਾਰੇ ਇਨਸਾਨੋਂ ਕੇ ਲਈ ਆਜ਼ਾਦੀ ਨਹੀਂ ਚਾਹ ਰਹੀ, ਯੇ ਸਿਰਫ ਹਿੰਦੂ ਰਾਜ ਚਾਹ ਰਹੀ ਹੈ ਜਿਸ ਕੋ ਹਿੰਦੂਤਾ ਕਹਿਤੇ ਤਬ। ਔਰ ਮੈਂ ਦਾਦ ਦੇਤਾ ਹੂੰ ਕਾਇਦ ਆਜ਼ਮ ਕੋ ਕਿ ਵੋ ਤਬ ਸਮਝ ਗਏ ਥੇ, ਤਬ ਉਹਨੇ ਪਾਕਿਸਤਾਨ ਕੀ ਬਾਤ ਕੀ, ਔਰ ਉਹਨੇ ਬਾਰ ਬਾਰ ਮੁਸਲਮਾਨੋਂ ਕੋ ਕਿਹਾ ਕਿ ਤੁਮੇ ਨਹੀਂ ਆਜ਼ਾਦੀ ਮਿਲ ਰਹੀ, ਤੁਮ ਅੰਗਰੇਜ਼ ਕੀ ਆਜ਼ਾਦੀ ਕੇ ਬਾਅਦ ਗੁਲਾਮੀ ਕੇ ਬਾਅਦ ਹਿੰਦੂਓਂ ਕੀ ਗੁਲਾਮੀ ਮੇਂ ਜਾ ਰਹੇ। ਔਰ ਮੁਝੇ ਅਫਸੋਸ ਸੇ ਕਹਿਣਾ ਪੜਤਾ ਹੈ ਕਿ ਆਜ ਜੋ ਹਿੰਦੁਸਤਾਨ ਕੇ ਹਾਲਾਤ ਹੈ,
جو آر ایس ایس کر رہی ہے لوگوں سے, کو پتا چلتا ہے جی گوشت کھایا کسی نے یا گوشت کوئی گائے لے کے جا رہے ہیں ان کو قتل کر دیتے ہیں سڑکوں پہ, جس طرح کی حرکتیں کر رہے ہیں یہ تو کوئی انسانیت ہی نہیں ہے. کوئی بھی دین اس کی اجازت نہیں دیتا, ہندو جو دین ہے وہ اس کی اجازت نہیں دیتا. کوئی بھی دنیا میں جو دین ہے اللہ کا, اللہ نے کہا میں نے سارے انسانوں کو اپنی شریعت دی, تو اللہ کا جو بھی پیغمبر آیا ہے وہ دو چیزیں سارے پیغمبروں نے کہی ہیں, انسانیت, رحم اور انصاف. یہ دو چیزیں ہیں جو انسانی معاشرے کو جانوروں کے معاشرے سے مختلف کرتی ہیں. نہیں تو جانور بھی آتا ہے کھا پی کے بچے پیدا کر کے چلا جاتا ہے. انسانی معاشرہ فرق تب ہوتا ہے جس میں انسانیت ہوتی ہے, رحم ہوتا ہے, قدر ہوتی ہے انسان کی. یہ جو حرکتیں کر رہے ہیں, اب مجھے بتائیں کسی کو کوئی سوچ رہا ہے کہ وہاں 27 دنوں سے کرفیو لگائے ہوئے کشمیر کے اوپر, 80 لاکھ لوگوں کو بند کیا ہوا ہے, نہ دوائیاں ہیں, بےچارے مریضوں کو کیا ہو رہا ہوگا, بچوں کو کیا ہو رہا ہوگا. کسی کے اندر رحم ہو وہ یہ کر سکتا ہے انسانوں سے؟ سوچے کہ کوئی بھی دین اس کی اجازت دیتا ہے؟ آپ ہندوازم پڑھ لیں, ہندوازم میں کوئی اجازت دیتا ہے انسانوں پہ ایسا کرنے کے لیے؟ صرف آپ تب کرتے ہیں جب آپ سمجھتے ہیں کہ دوسرے دین کے لوگ برابر کے انسان ہی نہیں ہیں. ہمارا رب رب العالمین ہے, سب انسانوں کا خدا ہے. ہمارے نبی صلی اللہ علیہ وسلم رحمت العالمین ہے, سب انسانوں کے لیے رحمت لے کے آئے تھے. اگر مسلمان کسی بھی دوسرے مذہب سے ناانصافی کرتا ہے تو وہ ہمارے دین کے خلاف ہے, وہ ہمارے دین کی خلاف ورزی کرتا ہے. ہم جب, مجھے کہتے ہیں لوگ کہ جی یہ شاید یہ جو اقلیتوں کے ہم بات کرتے ہیں کہ جتنی بھی مائنورٹیز ہیں وہ برابر کے ہمارے شہری ہیں. لوگ کہتے ہیں کہ جی قائد اعظم کی تقریر کی بات کرتے ہیں, قائد اعظم نے 11 اگست 1948 کو جو تقریر کی تھی انہوں نے کہا تھا تم سب آزاد ہو, جو بھی آپ کا دین ہے آپ آزاد ہو, آپ برابر کے شہری ہیں, آپ اپنے مسجد مندروں میں جا سکتے ہیں, سٹیٹ آپ کو نہیں روکے گی. یہ قائد اعظم ہمارے نبی صلی اللہ علیہ وسلم کی سنت پہ چل رہے تھے, یہ ہمارے قرآن کے اندر لکھا ہوا ہے. کئی دین قرآن میں, دین میں زبردستی نہیں ہے. کیوں زبردستی نہیں ہے؟ کیونکہ دین تو ایک ایمان تو ایک اللہ کا خاص نعمت ہے, وہ کسی انسان کو دیتا ہے, وہ تو دل کی بات ہے. ایمان تو ایک ایسی چیز ہے جو انسان کو آزاد کر دیتا ہے, یہ اللہ کی جس طرح میں نے کہا سب سے بڑی نعمت ہے, تو اس میں زبردستی کیسے ہو سکتی ہے؟ کون زبردستی کسی کو ایمان کی طرف لا سکتا ہے؟ اس لیے قرآن میں لکھا ہوا دین میں کوئی زبردستی نہیں. اس لیے ہم سب انسانوں کو, کیونکہ رب العالمین ہے, ہم سب انسانوں کو برابر سمجھتے ہیں, سب اللہ کی مخلوق ہے. اس لیے جب بھی اسلام کے اندر کوئی کسی سے, کسی بھی اقلیت, کسی بھی مذہب کے لوگوں سے ظلم یا ناانصافی کرتا ہے, وہ ہماری قرآن, ہمارے دین کے خلاف جاتا ہے. میں یہ اس لیے یہ آج کہہ رہا ہوں کہ مجھے, میں آپ سب یہاں بیٹھے ہوئے, میں آپ سب کے سامنے کہتا ہوں,
تو مجھے خوف ہے جو ہندوستان میں آ رہا ہے. میں ہندوستان کو بہت اچھی طرح جانتا ہوں, میں جس طرح کتنی دفعہ جاتا تھا وہاں, اور جس طرح میرے ابھی بھی دوست ہیں وہاں, دوستیاں ہیں. لیکن جس طرف یہ آر ایس ایس ہندوستان کو لے کے جا رہی ہے, اس کے اندر کسی کی جگہ نہیں ہے. آج مسلمانوں سے جو ہو رہا ہے ہندوستان میں, تقریباً 20 کروڑ مسلمان جو رپورٹس آ رہی ہیں گیٹوز میں ہیں, ڈرتے ہیں, وکٹمائز ہو رہے ہیں, جو کشمیریوں سے ہو رہا ہے, پھر کرسچن سے جو ہوا ہے وہاں, یہی آر ایس ایس کی آئیڈیالوجی. اور یہ رکے گی نہیں یہاں, یہ اگر اس کے اوپر روکا نہ گیا, یہ دالت کو بھی تنگ کرے گی, یہ سکھ مذہب کے اوپر بھی جائے گی, کیونکہ یہ ٹوٹلیٹیرین آئیڈیالوجی ہے کہ سوائے ان کے کوئی اور نہیں ہے. یہ ریسسٹ آئیڈیالوجی ہے جو آر ایس ایس کے جو فاؤنڈنگ فادرز تھے, گوالکر, گلواکر اور ایک سرواسکر, ساورکر, ان کی آپ پڑھیں صحیح, یہ تو ہٹلر کو آئیڈیالائز کرتے تھے ریشل پیورٹی میں, کہ جی ہماری ریس ہے. ہٹلر تو یہ کہتا تھا نا جو نازی, کہ ہماری جرمن ریس ہے, باقی تو کمی ہے, باقی تو مار بھی دو تو کچھ نہیں فرق پڑتا. پیورٹی آف دا ریس بلیو کرتے تھے. یہ وہ ریسسٹ آئیڈیالوجی ہے جس سے ہندوستان کے لوگوں کو زیادہ خطرہ ہے, کیونکہ یہ تو ٹالریٹ ہی نہیں کریں گے ان کے وہ جو آر ایس ایس کے ٹرینڈ لوگ جاتے ہیں. پڑھ کے میں بھی آج سب دیکھ رہا تھا کہ کوئی ڈیمونسٹریٹ کرتا وہ پہنچ جاتے ہیں وہاں, کوئی بھی آئیڈیالوجی خلاف ہے اس کو غدار کہہ دیتے ہیں کہ ملک کے خلاف ہے. یہ ہندوستان کو اس سے زیادہ خطرہ ہے. لیکن انشاءاللہ ہم کوشش کر رہے ہیں, پریشر کر رہے ہیں. آپ بھی یہاں بیٹھے ہیں, باہر سے آپ نے ڈیموکریسی کو دیکھا ہوا ہے, آپ کو بھی سب کو اس آئیڈیالوجی کے خلاف آواز اٹھانی چاہیے, کیونکہ اس کا سب کو خطرہ ہے. اور پھر ہم دو نیوکلیئر آرم ملک ہیں, اگر یہ آگے ٹینشنز بڑھتی ہیں تو دنیا کو خطرہ ہے اس سے. تو میں نے آپ کے لیے صرف یہ اس لیے کہہ رہا ہوں کہ ہماری طرف سے کبھی بھی کوئی کسی طرف پہل نہیں ہوگی. ہم کبھی بھی یہ جو سارا اس وقت جو سچویشن کھڑا ہوا ہوا کشمیر پہ, یہ تو کوئی بھی ٹالریٹ نہیں کر سکتا جس انسانیت ہے. کہ آپ 27 دن 80 لاکھ لوگوں کو بند کر دیں, نہ کوئی نیوز آنے دیں, نہ وہ بند کر دیں, یہ تو ہم کبھی بھی ایکسیپٹ نہیں کر سکتے. یہ چھوڑے مسلمان کوئی اور بھی ہوتے تب بھی میں نے اپنی آواز بلند کرنی تھی, کوئی اور سکھ ہوتے تب میں نے آواز بلند کرنی تھی. آپ نے میرا شکریہ ادا کیا, میں آپ کو بتا رہا ہوں کہ کوئی شکریہ ادا کرنے کی ضرورت نہیں. یہ ایک ہمارے لیے, مسلمان کے لیے, جب ہم سوچتے ہیں کرتار پر آپ کا مدینہ ہے اور ننکانہ صاحب آپ کا مکہ ہے, تو ہم تو سوچ بھی نہیں سکتے کہ کوئی ہم یہ سوچ بھی نہیں سکتے کہ کوئی ہمیں مکہ مدینہ سے دور رکھے. ہمیں یعنی کوئی بھی مسلمان کو کتنی تکلیف ہو کہ اگر ہمیں کوئی مکہ اور مدینہ نہ جانے دے, تو اس لیے تو کوئی آپ کے اوپر فیور نہیں کیا, ہمارا فرض تھا ہمارا. ہم انشاءاللہ آپ کے لیے آسانیاں پیدا کریں گے جیسا پہلے کا, لیکن آپ کو یہ ان کو بھی ٹھیک کریں گے, یعنی آپ کے لیے سہولتیں وہاں بھی پیدا کریں گے, ننکانہ اور بھی آپ کے شرائنز ہیں,
میں بھی ہے انشاءاللہ فیسلیٹیٹ کریں گے پوری طرح. یہ ابھی کیونکہ نئی نئی چیزیں آ رہی ہیں, پہلی دفعہ ویزا رجیم کھل رہا ہے, آپ کو تھوڑی تکلیف ہوگی, لیکن میں آپ کو شور کرتا ہوں کہ آگے آپ کو کسی قسم کا ہم یعنی آسانیاں پیدا کریں گے آپ کے لیے جتنا بھی آسان ہو. اور انشاءاللہ یہ جو 550 سالگرہ نانا کی, انشاءاللہ آپ کے ساتھ مل کے ہم پوری طرح سیلیبریٹ کریں گے. بہت بہت شکریہ.